ਅੰਦਰ ਗੁਰੂ ਵਿਰਾਜਮਾਨ ਹੈ ਅੰਦਰ ਕੋਈ ਨਹੀਂ ਜਾ ਰਿਹਾ ਉਹਨਾਂ ਨੂੰ ਸਪੈਸ਼ਲ ਚੌਂਕ ਦੇ ਵਿੱਚ ਬਾਹਰ ਬਾਬਾ ਬੁੱਢਾ ਜੀ ਲਿਖ ਕੇ ਉੱਪਰ ਪੁੱਤਰਾਂ ਦੇ ਦਾਨੇ ਲਿਖ ਕੇ ਲਾਣਾ ਪੈ ਰਿਹਾ ਹੈ ਤਾਂ ਕਿ ਸੰਗਤ ਆਏ ਉਸਤਾਬ ਕਾ ਜਥੇਦਾਰ ਅਕਾਲ ਤਖਤ ਭਾਈ ਹਰਪ੍ਰਿੰਤ ਸਿੰਘ ਸਾਰਾ ਸਮਾਂ ਬਿਤਾਉਣ ਤੋਂ ਬਾਅਦ ਇਹ ਕਹਿ ਰਿਹਾ ਕਿ ਕੌਮ ਇੱਕ ਨਹੀਂ ਹੈ ਫਿਰ ਤੁਸੀਂ ਕੀ ਕਰ ਰਹੇ ਸੀ ਇੰਨੇ ਸਾਲਾਂ ਤੋਂ ਤੁਸੀਂ ਇਕੱਠੀ ਕਿਉਂ ਨਹੀਂ ਕੀਤੀ ਜੇ ਤੁਸੀਂ ਅਕਾਲ ਤਖਤ ਤੇ ਬਹਿ ਕੇ ਵੀ ਉੱਥੇ ਸਾਂਭ ਕੇ ਵੀ ਤੁਸੀਂ ਇੱਕ ਨਹੀਂ ਕਰ पाए ਤਾਂ ਫਿਰ ਕਿਤੇ ਨਾ ਕਿਤੇ ਕਮੀ ਤੁਹਾਡੇ ਚ ਅੱਜ ਤਾਈ ਨਹੀਂ ਤਾਂ ਕਰ ਸਕੇ ਮੂਲ ਮੰਤਰ ਕਿਥੋਂ ਤੱਕ ਮੈਂ ਤਾਂ ਅਸੀਂ ਤਾਂ ਮੈਂ ਕਹਿੰਨਾ ਅਰਦਾਸ ਨਹੀਂ ਤਾਂ ਕਰ ਪਾਈ ਉਤ ਹੈ ਕਿ ਨੌਜਵਾਨਾਂ ਨੂੰ ਪਟਕਾਇਆ ਕਿਉਂ ਜਾ ਰਿਹਾ ਕੀ ਮਾਸ ਦਾ ਮੁੱਦਾ ਬਣਿਆ ਮਾਸ ਦਾ ਮੁੱਦਾ ਇਹ ਮੁੱਦੇ ਹੋਣੇ ਚਾਹੀਦੇ ਆ ਇਹਦੇ ਨਾਲ ਕੌਮ ਦੀ ਭਲਾਈ ਹੋ ਰਹੀ ਆ ਕੰਪਰਦਾਵਾ ਵੀ ਸਮਝ ਰਹੀਆਂ ਵੀ ਅਸੀਂ ਚੇਤਨਤਾ ਪੈਦਾ ਕਰ ਰਹੇ ਆ ਹੁੰਦਾ ਸਾਹਿਬ ਸਮਝ ਰਿਹਾ ਮੈਂ ਕਰ ਰਿਹਾ ਬਾਬਾ ਬੰਤਾ ਸਿੰਘ ਕਹ ਰਿਹਾ ਮੈਂ ਕਰ ਰਿਹਾ ਉਹ ਆਪਣੇ ਮੁਤਾਬਿਕ ਸਮਝ ਰਿਹਾ ਅੰਦਰੋਂ ਸਾਰੇ ਸਮਝ ਰਿਹਾ ਕਿ ਵੀਉ ਆ ਰਹੇ ਪੈਸਾ ਬਣ ਰਿਹਾ ਹੈ ਹਾਂ ਬਾਬਾ ਦੀਪ ਸਿੰਘ ਜੀ ਦੇ ਅੰਦਰ ਸਿਰ ਤਲੀ ਤੇ ਧਰ ਕੇ ਲੜਾਂ ਦੀ ਤਾਕਤ ਕਿੱਥੋਂ ਆਉਂਦੀ ਹੈ ਉਹਨਾਂ ਨੇ 11032 ਲਿਖਿਆ ਕੋਈ ਲਿਖ ਸਕੇ ਅਜ ਤੱਕ 3 ਲੇਅਰ ਕੇਕ 50 ਕਿਲੋ ਦਾ ਕੇਕ ਬਣਾ ਕੇ ਗੁਰਦੁਆਰੇ ਦੇ ਬਾਅਦ ਤੁਸੀਂ ਕੇਕ ਕੱਟ ਰਹੇ ਇਹ ਸ਼ਰਧਾ ਨਹੀਂ ਹੈ ਇਹ ਕਿੱਥੋਂ ਦੀ ਸ਼ਰਧਾ ਹੈ ਜਿਸ ਸ਼ਹੀਦ ਨੇ ਸ਼ਹਾਦਤ ਦਿੱਤੀ ਇਸ ਗੱਲ ਦੇ ਲਈ ਕਿ ਗੁਰੂ ਪ੍ਰਤੀ ਸਮਰਪਿਤ ਹੋ ਜਾਓ ਅਸੀਂ ਉਹਨੂੰ ਇੱਕ ਕੇਕ ਤੱਕ ਸੀਮਤ ਕਰਤਾ ਲਿਆ ਕੇ ਜਿਹੜੇ ਬੱਚੇ ਹੁਣ ਜਾ ਰਹੇ ਆ ਉਹਨਾਂ ਦੇ ਜ਼ੈਨ ਚ ਹੀ ਬਿਠਾਇਆ ਜਾ ਰਿਹਾ ਕਿ ਆਪ ਉੱਤਰਾਂ ਦੇ ਦਾਨੀ ਦਾ ਸਥਾਨ ਹੈ ਇੱਥੇ ਇਹ ਮੰਗਣ ਜਾਣਾ ਤਾਂ ਇਸ ਥਾਂ ਤੇ ਜਾਣਾ ਹੈ ਜੇ ਫਲਾਨੀ ਚੀਜ਼ ਮੰਗਣੀ ਤਾਂ ਫਿਰ ਦੂਜੇ ਪਾਸੇ ਜਾਣਾ ਲੰਗਰ ਵੀ ਸਪੈਸ਼ਲ ਇਸੇ ਤਰ੍ਹਾਂ ਦਾ ਹੈ ਵੀ ਇੱਥੇ ਦੁਪਹਿਰਾ ਕੱਟੋਗੇ ਤਾਂ ਆ ਆ ਮਿਲਣਾ ਹੈ ਆ ਪੁੱਤਰ ਮਿਲਣਾ ਹੈ ਆ ਮਿਲਣਾ ਹੈ ਮੈਂ ਇੱਕੋ ਗੱਲ ਕਰਨਾ ਚਾਹੁੰਨਾ ਗੁਰੂ ਦੀ ਗੱਲ ਕਿੱਦਾਂ ਹੈ ਸ਼ਿਵ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਤਾਰੋ ਸਿੰਘ ਨੇ ਵਿਖਾਈ ਹੈ ਸਿੱਖੀ ਪ੍ਰੋਡਕਟ ਨਹੀਂ ਹੈ ਜੋ ਤੁਸੀਂ ਰੀਲ ਚ ਪਾ ਦੋਗੇ ਜੇ ਮੈਂ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਬਾਹਰ ਖੜ ਕੇ ਕੇਕ ਕੱਟਦਾ ਤਾਂ ਮੇਰੀ ਸਿੱਖੀ ਹੋ ਗਈ। ਅਸੀਂ ਸਿੱਖੀ ਨੂੰ ਇੱਕ ਤਮਾਸ਼ਾ ਬਣਾ ਕੇ ਰੱਖਦਾ। ਪ੍ਰੋਡਕਟ ਬਣਾ ਕੇ ਰੱਖਦਾ। ਜਿਹੜੀਆਂ ਚੀਜ਼ਾਂ ਤੋਂ ਤੁਹਾਡਾ ਗੁਰੂ ਤੁਹਾਨੂੰ ਦੂਰ ਕਰਕੇ ਗਿਆ ਹੈ, ਅੱਜ ਹਰ ਉਹ ਚੀਜ਼ ਵਾਲਾ ਸੇ ਵਧੇ ਜਾ ਰਹੇ ਹਨ। ਗੁਰਦੁਆਰਿਆਂ ਦੇ ਵਿੱਚ ਕੈਂਡਲਾਂ ਦਾ ਕੀ ਮਤਲਬ? ਨਹੀਂ ਹੋਣੀ ਚਾਹੀਦੀ। ਕਿ ਕਿਉਂ ਹੋਣੀ ਚਾਹੀਦੀ ਹੈ? ਜਿਵੇਂ ਦੀਵਾਲੀ ਤੇ ਲਾ ਦਿੰਦੇ ਆ ਜਾਂ ਗੁਰਪੁਰਬ ਦਰਬਾਰ ਸਾਹਿਬ ਵੀ ਲਾਉਂਦੇ ਆ ਆਪਾਂ ਜਾ ਕੇ। ਅਸੀਂ ਤਾਂ ਇਹ ਕਹਿੰਦੇ ਨਾ ਬਿਨ ਤੇਲ ਦੀਵਾ ਐਂ ਬੁਲਾਇ। ਵਾਪਿਸ ਕਰੀ ਵੀ ਨਹੀਂ ਹੋਣੀ ਚਾਹੀਦੀ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ ਪਵਨਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਕਹੀ ਜਾਂਦੇ ਆ ਉੱਥੇ ਹੀ ਵੈਕਸ ਨਾਲ ਮੋਮਬਤੀਆਂ ਸੁੱਟੀ ਜਾਂਦੇ ਆ ਉੱਥੇ ਆਤਿਸ਼ਬਾਜ਼ੀ ਕਰੀ ਜਾਂਦੇ ਆ ਕਿੱਸੇ ਜੰਗਲਾਂ 'ਚ ਰਹਿੰਦੇ ਹੋਏ ਵੀ ਸਭ ਤੋਂ ਕਮਾਲ ਦੇ ਸੀ ਕਿਉਂਕਿ ਸਕੂਅਰ ਸਿਟੀ ਸੀ ਉਦੋਂ ਪਤਾ ਸੀ ਕਿ ਇਹਦੀ ਵੈਲਿਊ ਕੀ ਹੈ ਉਦੋਂ ਪਤਾ ਸੀ ਕਿ ਜੇ ਆ ਬਾਣਾ ਨਾ ਰਿਹਾ ਜਾਂ ਸਰੂਪ ਨਾ ਰਿਹਾ ਤੇ ਅਸੀਂ ਖਤਮ ਹਾਂ ਐਲੇ ਬਾਣੀ ਤੇ ਵਾਪਸ ਆਓ ਬਾਣਾ ਆਪੇ ਆ ਜਾਊਗਾ ਸੋਸ਼ਲ ਮੀਡੀਆ ਤੇ ਆਉਣ ਨਾਲ ਸਿੱਖੀ ਦਾ ਪ੍ਰਚਾਰ ਵਧਣਾ ਚਾਹੀਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖਿਆ ਕਿ ਗੁੱਟਾਂ ਦੇ ਵਿੱਚ ਵੰਡੀ ਹੋਈ ਸੋਸ਼ਲ ਮੀਡੀਆ ਦੀ ਮੰਢੀਰ ਕਹਿ ਸਕਦੇ ਹਾਂ ਜਿਹੜੀ ਕਮੈਂਟਾਂ ਚ ਇੱਕ ਦੂਜੇ ਨਾਲ ਲੜ ਰਹੀ ਹੈ ਕੋਈ ਧੁੰਦੇ ਦਾ ਬੰਦਾ ਹੈ ਕੋਈ ਬੰਤਾ ਸਿੰਘ ਦਾ ਬੰਦਾ ਹੈ ਕੋਈ ਢੜਰੀਆਂ ਵਾਲੇ ਦਾ ਬੰਦਾ ਹੈ ਕੋਈ ਟਕਸਾਲੀਆਂ ਦਾ ਬੰਦਾ ਹੈ ਕੋਈ ਮਿਸ਼ਨਰੀਆਂ ਦਾ ਬੰਦਾ ਇਸ ਤਰੀਕੇ ਦੇ ਨਾਲ ਵੰਡੇ ਗਏ ਸਾਰੇ ਆਮ ਸਿੱਖ ਨੌਜਵਾਨ ਕੀ ਸੋਚਦਾ ਅੱਜ ਇਹਦੇ ਬਾਰੇ ਗੱਲਬਾਤ ਕਰਾਂਗੇ ਆਈਓਸੀ ਤੋਂ ਗੌਰਵਦੀਪ ਸਿੰਘ ਸਾਡੇ ਨਾਲ ਨੇ ਗੌਰਵ ਵੈਗੁਰਜੀ ਖਾਲਸਾ ਵੈਗੁਰਜੀ ਖਾਲਸਾ ਵੈਗੁਰਜੀ ਖਾਲਸਾ ਬਹੁਤ ਸਪਸ਼ਟ ਸਵਾਲ ਹੈ ਮੈਂ ਆਪਣੀ ਭੂਮਿਕਾ 'ਚ ਕਰਤਾ ਆਮ ਸਿੱਖ ਨੌਜਵਾਨ ਕੀ ਸੋਚਦਾ ਤੁਸੀਂ ਕੀ ਸੋਚਦੇ ਹੋ ਯਾਰ ਆਮ ਸਿੱਖ ਨੌਜਵਾਨ ਮੇਰਾ ਤਾਂ ਇਹ ਮੰਨਣਾ ਹੈ ਕਿ ਸੋਚਣ ਦੀ ਵੇਲ ਕਿੱਥੇ ਦੇ ਰਹੇ ਆ ਹਰ ਰੋਜ਼ ਸੋਸ਼ਲ ਮੀਡੀਆ ਤੇ ਇੱਕ ਨਵਾਂ ਮੁੱਦਾ ਖੜਾ ਕਰਕੇ ਰੱਖਤਾ ਤੁਸੀਂ ਦੇਖੋ ਮੈਨੂੰ ਹਾਸਾ ਆਉਂਦਾ ਹੈ ਕਿ ਅਸੀਂ ਸਿਖਾਣਾ ਸੀਗਾ ਆਮ ਸਿੱਖ ਨੌਜਵਾਨ ਦੇ ਤੁਸੀਂ ਗੱਲ ਕੀਤੀ ਆਮ ਸਿੱਖ ਨੌਜਵਾਨ ਨੂੰ ਦੱਸਣਾ ਕੀ ਸੀ ਉਹਨੂੰ ਦੱਸਣਾ ਸੀ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇਹ ਦੱਸਣਾ ਸੀ ਉਹਨੂੰ ਉਹਨੂੰ ਇਹ ਦੱਸਣਾ ਸੀ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਉਹਨੂੰ ਦੱਸਣ ਕੀ ਲੱਗ ਗਿਆ ਆ ਸੰਪਰਦਾ ਕਹਿੰਦੀ ਧੁੰਦੇ ਨੇ ਆਹ ਕਹਤਾ ਬੰਤਾ ਸਿੰਘ ਨੇ ਆਹ ਕਹਤਾ ਢੱਡਰੀਆਂ ਵਾਲੇ ਨੇ ਆਹ ਕਹਤਾ ਬਾਬੇ ਨੇ ਆਹ ਕਹਤਾ ਇਹਦੀ ਆ ਵੀਡੀਓ ਆ ਗਈ ਇਹਦੀ ਆ ਵੀਡੀਓ ਆ ਗਈ ਦੱਸਣਾ ਕੀ ਸੀ ਦਸੀ ਕੀ ਜਾਣੇ ਆ ਤੁਸੀਂ ਤਾਂ ਨੇੜੇ ਰਹੇ ਹੋ ਸਰਬਜੀਤ ਹੁੰਦਾ ਹੋਣਾ ਦੇ ਬਹੁਤ ਨੇੜੇ ਹੋ ਤੁਸੀਂ ਮੈਂ ਸਾਰਿਆਂ ਦੇ ਨੇੜੇ ਆ ਮੈਂ ਇਹੀ ਗੱਲ ਮੈਂ ਤੁਹਾਨੂੰ ਕਹਿਣਾ ਕਿ ਅਸੀਂ ਨਾ ਸੰਪਰਦਾਵਾਂ ਨੂੰ ਪੰਥ ਬਣਾ ਲਿਆ ਅਸੀਂ ਸੰਸਥਾਵਾਂ ਨੂੰ ਪੰਥ ਬਣਾ ਲਿਆ ਸਾਡੀ ਪ੍ਰੋਬਲਮ ਇਹ ਰਹੇਗੀ ਕਿ ਜਿਹੜਾ ਵੀ ਨੌਜਵਾਨ ਅੱਜ ਸੋਸ਼ਲ ਮੀਡੀਆ ਤੇ ਦੇਖ ਰਿਹਾ ਉਹ ਕੀ ਦੇਖ ਰਿਹਾ ਕਿ ਸਿੱਖ ਧਰਮ ਇੱਕ ਨਹੀਂ ਹੈ ਕੱਲ ਪਰਸੋਂ ਮੈਂ ਕਿਸੇ ਅਕਾਲ ਤਖਤ ਦੇ ਇੰਟਰਵਿਊ ਸੁਣ ਰਿਹਾ ਸੀ ਉਹ ਪੂਰਾ ਸਾਬਕਾ ਜਥੇਦਾਰ ਅਕਾਲ ਤਖਤ ਭਾਈ ਹਰਪ੍ਰਿੰਤ ਸਿੰਘ ਸਾਰਾ ਸਮਾਂ ਬਿਤਾਉਣ ਤੋਂ ਬਾਅਦ ਇਹ ਕਹਿ ਰਿਹਾ ਕਿ ਕੌਮ ਇੱਕ ਨਹੀਂ ਹੈ ਫਿਰ ਤੁਸੀਂ ਕੀ ਕਰ ਰਹੇ ਸੀ ਇੰਨੇ ਸਾਲਾਂ ਤੋਂ ਤੁਸੀਂ ਇਕੱਠੀ ਕਿਉਂ ਨਹੀਂ ਕੀਤੀ ਤੁਸੀਂ ਉਹ ਕਹਿ ਰਹੇ ਹੋ ਜੀ ਬੜਾ ਸਾਡੇ ਕੌਮ ਦੀ ਸਮੱਸਿਆ ਜੀ ਇੱਕ ਨਹੀਂ ਹੈ ਜੇ ਤੁਸੀਂ ਅਕਾਲ ਤਖਤ ਤੇ ਬਹਿ ਕੇ ਵੀ ਉੱਥੇ ਸਾਂਭ ਕੇ ਵੀ ਤੁਸੀਂ ਇੱਕ ਨਹੀਂ ਕਰ पाए ਤਾਂ ਫਿਰ ਕਿਤੇ ਨਾ ਕਿਤੇ ਕਮੀ ਤੁਹਾਡੇ 'ਚ ਹੈ ਇਹ ਗੱਲ ਮੈਂ ਸਾਰੀਆਂ ਸੰਸਥਾਵਾਂ ਨੂੰ ਕਹਿਣਾ ਚਾਹੁੰਦਾ ਮੈਂ ਆਪ ਸਰਬਜੀਤ ਸਿੰਘ ਤੁੰਦਾ ਜੀ ਜਿਹੜੀ ਸੰਸਥਾ 'ਚ ਹੋਇਆ ਉਹ ਸੰਸਥਾ ਦੇ ਬਾਨੀ ਮੇਰੇ ਨਾਨਾ ਜੀ ਰਹੇ ਹੈਗੇ ਅੰਨੀ ਜਗਜੀਤ ਸਿੰਘ ਸਿੱਧਕੀ ਜੀ ਗੁਰਮਤ ਗਿਆਨ ਮਿਸ਼ਨਰੀ ਕਾਲਜ ਹੈ ਹੋਰ 100 ਸੰਸਥਾਵਾਂ ਹੈ ਸਿੱਖ ਮਿਸ਼ਨਰੀ ਕਾਲਜ ਹੈ ਸਾਰੇ ਮਿਸ਼ਨਰੀ ਕਾਲਜ ਹੈ ਅਕਾਲ ਤਖਤ ਹੈ ਸਾਰੇ ਡੇਰੇ ਹੈ ਟਕਸਾਲਾ ਹੈ ਮੈਂ ਸਾਰਿਆਂ ਨੂੰ ਇੱਕੋ ਸਵਾਲ ਹੈ ਕੋਈ ਵੀ ਹੈ ਮੈਂ ਵੀ ਜਦੋਂ ਵੱਡਾ ਹੋਇਆ ਜਦ ਵੱਡੇ ਹੋ ਰਹੇ ਸੀ ਤੇ ਆਪ ਨੂੰ ਲੱਗਦਾ ਸੀ ਯਾਰ ਕੀ ਇਹ ਕਲੇਸ਼ ਹੀ ਚੱਲੀ ਜਾਂਦੇ ਆ ਬਾਣੀ ਦੀ ਗੱਲ ਨਹੀਂ ਹੋ ਰਹੀ ਸਾਰੀਆਂ ਦੁਨੀਆ ਦੇ ਵਿੱਚ ਫਿਰ ਜਦ ਅਸੀਂ ਕਾਲਜ ਹੁਣ ਇਸ ਵੇਲੇ ਮੈਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਸੇਵਾ ਵੀ ਨਿਭਾ ਰਿਹਾ ਹਾਂ ਪਰ ਉੱਥੇ ਵੀ ਅਸੀਂ ਇਹ ਗੱਲ ਕਰੀ ਦੀ ਹੈ ਕਿ ਯਾਰ ਜਿੰਨਾ ਅਵੋਇਡ ਕਰ ਸਕਦੇ ਹੋ ਜਿੰਨਾ ਰੌਲਿਆਂ ਨੂੰ ਅਵੋਇਡ ਕਰ ਸਕਦੇ ਹੋ ਉਹਨਾਂ ਕਰੀਏ ਤੇ ਤੁਸੀਂ ਇਹ ਗੱਲ ਸੱਚੀ ਵੇਖੋਗੇ ਕਿ ਅਸੀਂ ਕਲੀਅਰ ਇਨਸਟਰਕਸ਼ਨ ਹੈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਇਹ ਕੋਈ ਵੀ ਪ੍ਰਚਾਰਕ ਖਾਸ ਤੌਰ ਤੇ ਤੁਸੀਂ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕਾਂ ਨੂੰ ਇਹ ਦੇਖੋਗੇ ਮੈਂ ਵੀ ਨਹੀਂ ਕਹਿ ਰਿਹਾ ਕਿ ਕੋਈ ਵੀ 100% ਸਹੀ ਹੈ ਜਿਹੜਾ ਵੀ ਮੁੱਦੇ ਖੜੇ ਕਰ ਰਿਹਾ ਮੈਂ ਕਹਿੰਦਾ ਸੋਸ਼ਲ ਮੀਡੀਆ ਤੇ ਮੁੱਦਾ ਕੜਾ ਹੋਣਾ ਨਹੀਂ ਚਾਹੀਦਾ ਪਰ ਗੁਰਦੁਆਰਿਆਂ ਚ ਜਾ ਕੇ ਕਿਸੇ ਨੂੰ ਕਹਿਣਾ ਕਿ ਤੂੰ ਆ ਨਾ ਕਰ ਤੂੰ ਇਹ ਨਾ ਕਰ ਤੂੰ ਮੇਰੇ ਤਰੀਕੇ ਚੱਲ ਜਿਹੜੀ ਕਥਾ ਮੈਂ ਕਹਿਣੀ ਹੈ ਤੂੰ ਉਹ ਕਥਾ ਕਰੇਗਾ ਤਾਂ ਤੂੰ ਪੰਥ ਹੈ ਨਹੀਂ ਤੂੰ ਪੰਥ ਨਹੀਂ ਹੈ ਯਾਰ ਇੰਨੀ ਸਪੇਸ ਆ ਜਿਵੇਂ ਉੱਥੇ ਹੋਇਆ ਬਾਰ ਵਿਦੇਸ਼ ਚ ਸਰਬਜੀਤ ਹੁੰਦਾ ਨਾਲ ਹੋਇਆ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਕਿਹਾ ਸੀ ਨਹੀਂ ਉਹ ਗਲਤ ਹੋਇਆ ਮੈਂ ਇਹ ਕਹਿਣਾ ਕਿ ਸਰਬਜੀਤ ਸਿੰਘ ਹੁੰਦਾ ਨੂੰ ਸਵਾਲ ਕਰਕੇ ਤੁਸੀਂ ਲੈਣਾ ਕੀ ਹੈ ਤੁਸੀਂ ਉਹਦੇ ਤੋਂ ਜਾਬ ਸਾਹਿਬ ਦੀ ਕਥਾ ਕਰਾ ਕੇ ਲੈਣਾ ਕੀ ਚਾਹੁੰਦੇ ਹੋ ਮੇਰਾ ਇਹ ਸਵਾਲ ਹੈ ਕੋਈ ਵੀ ਪ੍ਰਚਾਰਕ ਹੈ ਮੰਨ ਲਓ ਮੈਂ ਕੋਈ ਪ੍ਰਚਾਰਕ ਆ ਮੰਨਦੇ ਹੈ ਕਿ ਉਹ ਮੰਨੇ ਮੰਨ ਲਓ ਮੈਂ ਇੱਕ ਰਾਗੀ ਆ ਮੰਨ ਲਓ ਮੈਂ ਇੱਕ ਗੱਲ ਕਹਿੰਦਾ ਮੈਂ ਇੱਕ ਰਾਗੀ ਆ ਮੈਂ ਕਿਹੜਾ ਸੈਪਟੇਬਿਲਟੀ ਕਿਵੇਂ ਆਉਗੀ ਵਿਦਸਮ ਗ੍ਰੰਥ ਦੀ ਬਾਣੀ ਨੂੰ ਮੰਨੀਏ ਕਿ ਨਾ ਮੰਨੀਏ ਕੌਣ ਤੈ ਕਰੂਗਾ ਸਾਡੀ ਕੌਮ ਚ ਨਾ ਟੋਲਰੈਂਸ ਦੀ ਕਮੀ ਆ ਸਾਡੇ ਕੌਮ ਚ ਵਿਚਾਰ ਗੋਸ਼ਟੀ ਦੀ ਕਮੀ ਆ ਜਿੱਥੋਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਸ਼ੁਰੂ ਕਰਕੇ ਗਏ ਸੀ ਸਾਡੇ ਚ ਸਭ ਤੋਂ ਪਹਿਲੀ ਕਮੀ ਉਹ ਆ ਜੇ ਮੰਨ ਲਓ ਸਰਬਜੀਤ ਸਿੰਘ ਧੁੰਦਾ ਦਸਮ ਬਾਣੀ ਨੂੰ ਨਹੀਂ ਮੰਨਦਾ ਮੰਨ ਲਓ ਜੇ ਟਕਸਾਲ ਜਾਂ ਕੋਈ ਦਸਮ ਬਾਣੀ ਨੂੰ ਮੰਨਦੇ ਆ ਅਸੀਂ ਇਹ ਟੋਲਰੇਟ ਕਿਉਂ ਨਹੀਂ ਕਰ ਸਕਦੇ ਵੀ ਡਿਫਰੈਂਸਸ ਹੋ ਸਕਦੇ ਆ ਜਦ ਤੱਕ ਅਕਾਲ ਤਖਤ ਸਾਹਿਬ ਸਾਨੂੰ ਨਹੀਂ ਕਹਿੰਦਾ ਵੀ ਇਹਨੂੰ ਗੁਰੂ ਮੰਨ ਲਓ ਅਸੀਂ ਨਹੀਂ ਮੰਨਦੇ ਜਦ ਤੱਕ ਅਕਾਲ ਤਖਤ ਸਾਹਿਬ ਕਹਿੰਦਾ ਕਿ ਇਹ ਤਿੰਨ ਬਾਣੀਆਂ ਪੜ੍ਹ ਲਓ ਤੱਕ ਪੜ੍ਹ ਲਓ ਮੈਂ ਕਹਿਣਾ ਜੇ ਤੁਸੀਂ ਪੜ੍ਹਦੇ ਹੋ ਤਿੰਨ ਬਾਣੀਆਂ ਜਾਂ ਤੁਸੀਂ ਪੰਜ ਪੜ੍ਹਦੇ ਹੋ ਮੈਂ ਕੀ ਲੈਣਾ ਸਿੱਧੀ ਜੀ ਗੱਲ ਹੈ ਕੁਝ ਕੌਮ ਦੇ ਜਿਹੜੇ ਇਹੋ ਜਿਹੇ ਮਸਲੇ ਆ ਜਿੱਥੇ ਹਲੇ ਸਾਡੇ ਵਿਚਾਰਕ ਮਤਲਬ ਲੱਗਦਾ ਨਿੱਜੀ ਗੱਲ ਹੋਣੀ ਚਾਹੀਦੀ ਨਹੀਂ ਨਿੱਜੀ ਗੱਲ ਹਲੋ ਜੀ ਗੌਰਵਦੀਪ ਸਿੰਘ ਕਵੇ ਮੈਂ ਜਾਬ ਸਾਹਿਬ ਦੀ ਬਾਣੀ ਨੂੰ ਨਹੀਂ ਮੰਨਦਾ ਨਹੀਂ ਪ੍ਰਵਾਨ ਕਰਦਾ ਤਾਂ ਮੈਨੂੰ ਉਹਦੇ ਨਾਲ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਮੈਂ ਇਹ ਗੱਲ ਕਹਿਣਾ ਕਿ ਸਮੱਸਿਆ ਹੋਣਾ ਨਾ ਹੋਣਾ ਬਾਅਦ ਦੀ ਗੱਲ ਹੈ ਸਭ ਤੋਂ ਪਹਿਲੇ ਇਹ ਗੱਲ ਹੈ ਕਿ ਅਸੀਂ ਸਮਰਪਿਤ ਹਾਂ ਅਕਾਲ ਤਖਤ ਸਾਹਿਬ ਨੂੰ ਜੇ ਅਕਾਲ ਤਖਤ ਸਾਹਿਬ ਕਹਿੰਦੇ ਅਕਾਲ ਤਖਤ ਸਾਹਿਬ ਤੋਂ ਜੇ ਆ ਗੱਲ ਫਿਲਹਾਲ ਆ ਗਈ ਕਿ ਪੰਜ ਬਾਣੀਆਂ ਹੈਗੀਆਂ ਠੀਕ ਹੈ ਜੀ ਇਹ ਪੰਜ ਬਾਣੀਆਂ ਗੁਟਕਾ ਸਾਹਿਬ ਦੇ ਵਿੱਚ ਹੈਗੀਆਂ ਅਨਿਤਨੇਮ ਚ ਪੜੀਆਂ ਜਾਂਦੀਆਂ ਜਦ ਤੱਕ ਰੌਲਾ ਨਹੀਂ ਮੁੱਕਦਾ ਉਦੋਂ ਤੱਕ ਅਸੀਂ ਇਹ ਤੇ ਰੌਲਾ ਨਾ ਪਾਈਏ ਅਸੀਂ ਤਾਂ ਇਹ ਨਹੀਂ ਤੈਅ ਕਰ ਸਕੇ ਮੂਲ ਮੰਤਰ ਕਿੱਥੋਂ ਤੱਕ ਹੈ ਮੈਂ ਤਾਂ ਅਸੀਂ ਤਾਂ ਮੈਂ ਕਹਿੰਨਾ ਅਰਦਾਸ ਨਹੀਂ ਤੈਅ ਕਰ ਪਏ ਅਸੀਂ ਤਾਂ ਮर्यादा ਬੇਸਿਕ ਮर्यादा ਨਹੀਂ ਤੈਅ ਕਰ ਪਏ ਮੈਂ ਕਹਿੰਨਾ ਸਿੱਖ ਰਹਿਤ ਮर्यादा ਨੂੰ ਜੇ ਅੱਜ ਮੰਨਣ ਤੇ ਆਈਏ ਤੇ ਕਿਹੜੀ ਸੰਪਰਦਾ ਜਿਹੜੀ ਮੰਨ ਰਹੀ ਹੈ ਟਿਹੜੀ ਸੰਭਰਦਾ ਮੈਂ ਸਿੱਖ ਸਿੱਖ ਰਹਿਤ ਮਰਿਆਦਾ ਦੀ ਗੱਲ ਤੇ ਕਿਹੜਾ ਬਾਬਾ ਜਿਹੜਾ ਸਿੱਖ ਰਹਿਤ ਮਰਿਆਦਾ ਨੂੰ ਮੰਨ ਰਿਹਾ ਮੈਂ ਫਿਰ ਗੱਲ ਵਾਪਸ ਉੱਥੇ ਲੈ ਕੇ ਆ ਰਿਹਾ ਮੁੱਦਾ ਇਹ ਨਹੀਂ ਹੈ ਕਿ ਹੁਣ ਜਾਬ ਸਾਹਿਬ ਨੂੰ ਮੰਨਣਾ ਹੈ ਕਿ ਨਹੀਂ ਮੰਨਣਾ ਕਿ ਦਸਮ ਬਾਣੀ ਨੂੰ ਮੰਨਣਾ ਹੈ ਕਿ ਨਹੀਂ ਮੰਨਣਾ ਇਹ ਮੁੱਦਾ ਹੈ ਹੀ ਨਹੀਂ ਮੁੱਦਾ ਇਹ ਹੈ ਕਿ ਮਸਲੇ بار بار ਖੜੇ ਕਿਉਂ ਹੋ ਰਿਹਾ ਮੁੱਦਾ ਇਹ ਹੈ ਕਿ ਨੌਜਵਾਨਾਂ ਨੂੰ ਪਟਕਾਇਆ ਕਿਉਂ ਜਾ ਰਿਹਾ ਕੀ ਮਾਸ ਦਾ ਮੁੱਦਾ ਬਣਿਆ ਮਾਸ ਦਾ ਮੁੱਦਾ ਮੈਂ ਇੱਕ ਗੱਲ ਕਹਿਣਾ ਇਹ ਮੁੱਦਾ ਹੱਲ ਹੋਏਗਾ ਕਿ ਨਹੀਂ ਹੋਏਗਾ ਮੈਨੂੰ ਨਹੀਂ ਪਤਾ ਮੈਂ ਤਾਂ ਜਿਆਦਾ ਜੰਮਿਆ ਇਹ ਦੋ ਮੁੱਦੇ ਦਸਮ ਬਾਣੀ ਦਾ ਵੀ ਤੇ ਮਾਸ ਦਾ ਵੀ ਤੁਸੀਂ ਵੀ ਜਿਆਦਾ ਜੰਮਿਓ ਸੁਣ ਰਹੇ ਹੋ ਹੱਲ ਹੋਏ ਹਲੇ ਤੱਕ ਨਹੀਂ ਹੋਏ ਮੈਂ ਇਹ ਗੱਲ ਕਹਿਣਾ ਕਿ ਇਹ ਮੁੱਦੇ ਹੋਣੇ ਚਾਹੀਦੇ ਆ ਇਹਦੇ ਨਾਲ ਕੌਮ ਦੀ ਭਲਾਈ ਹੋ ਰਹੀ ਆ ਸਿੱਧਾ ਸਵਾਲ ਹੈ ਇਹਦੇ ਨਾਲ ਕੌਮ ਦੀ ਭਲਾਈ ਹੋ ਰਹੀ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਤੁਸੀਂ ਗੁਰਦੁਆਰਿਆਂ 'ਚ ਵੜ ਕੇ ਸਰਵਜੀਤ ਸਿੰਘ ਧੁੰਦਾਂ ਨੂੰ ਕਦਾ ਕਰਨ ਤੋਂ ਰੋਕਤਾ ਯਾ ਸਰਵਜੀਤ ਸਿੰਘ ਧੁੰਦਾਂ ਨੇ ਬਦਲਾਜ ਬਦਲੇ ਚਾਰ ਵੀਡੀਓ ਪਾਤੀਆਂ ਚਾਰ ਰਿਪਲਾਈ ਪਾਤੇ ਮੈਂ ਸਾਰਿਆਂ ਨੂੰ ਇੱਕੋ ਦੇਖ ਰਿਹਾ ਮੈਂ ਨਹੀਂ ਕਹਿ ਰਿਹਾ ਮੈਂ ਕਿਸੇ ਦੀ ਸਪੋਰਟ ਕਰ ਰਿਹਾ ਉਹਨਾਂ ਨੇ ਚਾਰ ਰਿਪਲਾਈ ਪਾਤੇ ਇਹਨਾਂ ਨੇ ਚਾਰ ਜਗ੍ਹਾ ਬੋਲਣ ਤੋਂ ਰੋਕਤਾ ਉਹਨਾਂ ਨਾਲ ਕੌਮ ਦਾ ਕੀ ਫਾਇਦਾ ਹੋਇਆ ਕੋਈ ਨੌਜਵਾਨ ਉਹਨਾਂ ਨਾਲ ਪੰਥ 'ਚ ਕੌਮ 'ਚ ਆਇਆ ਕਿਸੇ ਨੇ ਅਮਰਤ ਛੱਕਿਆ ਕੋਈ ਗੁਰਬਾਨੀ ਨਾਲ ਜੁੜਿਆ ਨਹੀਂ ਅਸੀਂ ਜਿਹੜੀ ਚੀਜ਼ ਤੋਂ ਸਾਨੂੰ ਗੁਰੂ ਪਾਤਸ਼ਾਹ ਦੂਰ ਕਰਕੇ ਗਏ ਸੀ ਵੀ ਕਿਸੇ ਦੇ ਫੈਨ ਨਾ ਹੋ ਉਹ ਫੈਨ ਤੁਸੀਂ ਸਿਰਫ ਆਪਣੇ ਗੁਰੂ ਦੇ ਹੋਣਾ ਬਾਣੀ ਗੁਰੂ ਦੀ ਪੜ੍ਹਨੀ ਹੈ ਮੰਨਣਾ ਗੁਰੂ ਨੂੰ ਹੈ ਉੱਥੇ ਤਾਂ ਗੱਲ ਹੀ ਨਹੀਂ ਹੋਈ ਅੱਛਾ ਫਿਰ ਇਹ ਸਾਰੇ ਰੋਲੇ ਦੇ ਵਿੱਚੋਂ ਮੰਨ ਲਓ ਜਿਹੜਾ ਜਾਬ ਸਾਹਿਬ ਵਾਲਾ ਰੋਲਾ ਹੈ ਜਾਂ ਮਾਸ ਦਾ ਰੋਲਾ ਹੈ ਉਹਦੇ ਵਿੱਚੋਂ ਕਿਸੇ ਇੱਕ ਨੌਜਵਾਨ ਨੇ ਤਾਂ ਆ ਕੇ ਕਿਹਾ ਹੋਏ ਨਾ ਕਿ ਯਾਰ ਮੈਨੂੰ ਗੁਰਬਾਣੀ ਦਾ ਫਰਮਾਨ ਸੁਣਨ ਨੂੰ ਸਵਾਦ ਲੈ ਰਹੇ ਸਾਰੇ ਤੁਹਾਨੂੰ ਲੱਗਦਾ ਕਿ ਮੈਨੂੰ ਗੁਰਬਾਣੀ ਦਾ ਫਰਮਾਨ ਸੁਣਨ ਨੂੰ ਮਿਲਿਆ ਕਿਸੇ ਨੇ ਗੁਰਬਾਣੀ ਦੀ ਗੱਲ ਕੀਤੀ ਹੈ ਕਿਸੇ ਇੱਕ ਵੀ ਬੰਦੇ ਨੇ ਗੁਰਬਾਣੀ ਦੀ ਗੱਲ ਕੀਤੀ ਹੈ ਅਸੀਂ ਰੌਲੇ ਖੜੇ ਕਰ ਰਹੇ ਹਾਂ ਅਸੀਂ ਮਸਲੇ ਖੜੇ ਕਰ ਰਹੇ ਹਾਂ ਗੁਰਬਾਣੀ ਨਾਲ ਜੋੜਨਾ ਸੀ ਇਨਲਾਈਟਨਮੈਂਟ ਕਿੱਥੋਂ ਆਣੀ ਹੈ ਹੂੰ ਚੇਤਨਾ ਕਿੱਥੋਂ ਆਣੀ ਹੈ ਜਾਗਰੂਕਤਾ ਕਿੱਥੋਂ ਆਣੀ ਹੈ ਪਰ ਉਹ ਤਾਂ ਸਮਝ ਰਹੇ ਹੈ ਨਾ ਸੰਪਰਦਾਵਾਂ ਵੀ ਸਮਝ ਰਹੀਆਂ ਵੀ ਅਸੀਂ ਚੇਤਨਤਾ ਪੈਦਾ ਕਰ ਰਹੇ ਹਾਂ ਤੁੰਦਾ ਸਾਹਿਬ ਸਮਝ ਰਹੇ ਮੈਂ ਕਰ ਰਿਹਾ ਬਾਬਾ ਬੰਤਾ ਸਿੰਘ ਕਹਿ ਰਹੇ ਮੈਂ ਕਰ ਰਿਹਾ ਉਹ ਆਪਣੇ ਮੁਤਾਬਿਕ ਸਮਝ ਰਹੇ ਅੰਦਰੋਂ ਸਾਰੇ ਸਮਝ ਰਹੇ ਕਿ ਵਿਊ ਆ ਰਹੇ ਹੈ ਪੈਸਾ ਬਣ ਰਿਹਾ ਅੰਦਰੋਂ ਸਾਰੇ ਸਮਝ ਰਹੇ ਹੈ ਕਿ ਵਿਊ ਆ ਰਹੇ ਹੈ ਹਾਂ ਮੈਂ ਭਾਈ ਸਰਵਜੀਤ ਸਿੰਘ ਤੁਹੰਦਾ ਦੀ ਇਹ ਗੱਲ ਨਾਲ ਜ਼ਰੂਰ ਸਹਿਮਤ ਆ ਕਿ ਭਾਈ ਸਰਵਜੀਤ ਸਿੰਘ ਤੁਹੰਦਾ ਨੇ ਇਹ ਗੱਲ ਕਹੀ ਕਿ ਮੈਂ ਕਿਸੇ ਨੂੰ ਜਾ ਕੇ ਕਦੇ ਕਿਸੇ ਮੈਂ ਜਾਂ ਕਿਸੇ ਗੁਰ ਸਾਡੇ ਮੇਰੇ ਗਰੁੱਪ ਦੇ ਬੰਦਿਆਂ ਨੇ ਜਾਂ ਕਿਸੇ ਨੇ ਜਾ ਕੇ ਕਿਸੇ ਨੂੰ ਗੁਰਦੁਆਰੇ ਕਥਾ ਕਰਨ ਤੋਂ ਰੋਕਿਆ ਮੈਂ ਹੋ ਸਕਦਾ ਨਹੀਂ ਰੋਕਿਆ ਕਦੇ ਵੀ ਨਹੀਂ ਰੋਕਿਆ ਤੇ ਕਿਸੇ ਨੂੰ ਵੀ ਨਹੀਂ ਰੋਕਣਾ ਚਾਹੀਦਾ ਸਾਡੇ ਜੰਨੀ ਟੋਲਰੈਂਸ ਹੋਣੀ ਚਾਹੀਦੀ ਹੈ ਕਿ ਕੋਈ ਕੋਈ ਗੱਲ ਕਰ ਰਿਹਾ ਉਹਦੇ ਸੁਣ ਲਓ ਬਾਅਦ ਚ ਅੱਛਾ ਚਲੋ ਜੀ ਗੁਰਦੁਆਰਾ ਕਮੇਟੀ ਕਹਿੰਦੀ ਹੈ ਵੀ ਅਸੀਂ ਨਹੀਂ ਬਾੜਨਾ ਪ੍ਰੋਗਰਾਮ ਨਾ ਹੋਏ ਉਹ ਕਿਸੇ ਦਾ ਪਰਸਨਲ ਹੈ ਮੈਂ ਅੱਜ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਲ ਕਰਦਾ ਰਣਜੀਤ ਸਿੰਘ ਢੜੀਆਂ ਵਾਲੇ ਦੀ ਆਪਣੀ ਪਰਸਨਲ ਵਿਚਾਰਧਾਰਾ ਬਿਲਕੁਲ ਪਰਸਨਲ ਵਿਚਾਰ ਕੋਈ ਗੁਰਦੁਆਰਾ ਉਹਨਾਂ ਨੂੰ ਨਹੀਂ ਬੁਲਾ ਰਿਹਾ ਉਹ ਆਪਣੇ ਪਰਮੇਸ਼ਰ ਦੁਆਰ ਬੈਠੇ ਕਰੀ ਜਾ ਰਹੇ ਹਨ ਤੁਸੀਂ ਰੋਕ ਸਕਦੇ ਹੋ ਇੰਨੀ ਸਪੇਸ ਹੈ ਕੌਮ ਦੇ ਵਿੱਚ ਇੰਨੀ ਸਪੇਸ ਹੈ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਵਿੱਚ ਹਰ ਰਾਗੀ ਪ੍ਰਚਾਰਕ ਕੋਲ ਇੰਨੀ ਸਪੇਸ ਹੈ ਕਿ ਉਹ ਆਪਣੇ ਕਮਰੇ 'ਚ ਬੈ ਕੇ ਪ੍ਰਚਾਰ ਕਰੇ ਜੇ ਤੁਸੀਂ ਰੋਕ ਨਹੀਂ ਸਕਦੇ ਬਹੁਤ ਵੱਡਾ ਇੱਕ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਜਦੋਂ ਅਸੀਂ ਛੋਟੇ ਸੀ ਜਾਂ ਤੁਸੀਂ ਆਪਣਾ ਕੋਈ ਉਮਰ ਦਾ ਬਹੁਤਾ ਫਰਕ ਨਹੀਂ ਇਹ ਕਲਚਰ ਸੀਗਾ ਆਪਾਂ ਗੁਰੂ ਘਰ ਰੋਜ਼ ਜਾਣਾ ਸੇਵਾ ਕਰਨੀ ਮੰਮੀ ਨਾਲ ਛੋਟੇ ਹੁੰਦੇ ਜਾਣਾ ਜਾਂ ਐਤਵਾਰ ਨੂੰ ਕਿਉਂਕਿ ਮੇਰੇ ਫਾਦਰ ਰਾਤ ਨੂੰ ਲੇਟ ਕੰਮ ਤੋਂ ਆਉਂਦੇ ਸੀ ਤਾਂ ਅਸੀਂ ਪੂਰੇ ਪਰਿਵਾਰ ਨੇ ਸੰਡੇ ਫਿਕਸ ਸੀਗਾ ਲੰਗਰ ਦੀ ਪ੍ਰਥਾ ਲੰਗਰ ਦਾ ਜੋੜਿਆਂ ਦੀ ਸੇਵਾ ਕਰਨੀ ਮੈਨੂੰ ਇਹ ਮਹਿਸੂਸ ਹੁੰਦਾ ਹੁਣ ਕਿ ਹੁਣ ਦੀ ਪੀੜ੍ਹੀ ਵਾਲੇ ਬੱਚੇ ਆ ਜਿਹੜੇ ਮੈਂ ਇਕੱਲੇ ਲੁਧਿਆਣੇ ਨੂੰ ਤੁਸੀਂ ਦੇਖ ਕੇ ਇਹਦਾ ਜਵਾਬ ਨਾ ਦਿਆ ਜੇ ਕਿ ਸਿਰਫ ਤੁਸੀਂ ਬਾਬਾ ਦੀਪ ਸਿੰਘ ਦਾ ਗੁਰੂ ਘਰ ਨੂੰ ਜ਼ੈਨ ਚ ਲੈ ਆਓ ਜਾਂ ਤੁਸੀਂ ਦੁਖਨਿਵਾਰਨ ਸਾਹਿਬ ਨੂੰ ਜ਼ੈਨ ਚ ਲੈ ਆਓ ਮੈਂ ਪੂਰੇ ਪੰਜਾਬ ਦੇ ਕਲਚਰ ਨੂੰ ਤੁਸੀਂ ਨਿਗਾਹ ਮਾਰੋ ਤੁਹਾਨੂੰ ਨਹੀਂ ਲੱਭਦੇ ਹੁਣ ਜਿਹੜੇ ਲੰਗਰ ਬਣਾਉਣ ਵਾਲੇ ਬੰਦੇ ਨੇ ਉਹ ਹਾਇਰ ਕਰਨੇ ਪੈ ਰਹੇ ਅੱਜ ਦੀ ਔਰ ਅਸੀਂ ਤਾਂ ਯਾਦ ਹੈ ਕਿ ਰਾਤ ਸਾਰੀ ਰਾਤ ਬਹਿ ਕੇ ਸਲਾਦ ਕੱਟੀ ਜਾਣਾ ਆਲੂ ਛਿੱਲੀ ਜਾਣੇ ਉਹ ਕਲਚਰ ਕਿੱਥੇ ਜਾ ਰਿਹਾ ਹੈ ਇਹ ਗੱਲ ਕਿੱਥੋਂ ਹੋਈ ਇਹਦਾ ਸਿੰਪਲ ਜਵਾਬ ਹੈ ਸਮਝਿਓ ਜਦ ਬਾਣੀ ਨੂੰ ਆਪਾਂ ਸਮਝਦੇ ਆਂ ਜਦ ਬਾਣੀ ਨੂੰ ਆਪਾਂ ਪੜ੍ਹਦੇ ਆਂ ਉਤੋਂ ਚੇਤਨਤਾ ਆਉਂਦੀ ਹੈ ਉਤੋਂ ਸ਼ਰਧਾ ਆਉਂਦੀ ਹੈ ਉਤੋਂ ਗੁਰੂ ਪ੍ਰਤੀ ਪਿਆਰ ਆਉਂਦਾ ਜਿੰਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਜਦ ਆਪਾਂ ਕਹਿੰਨੇ ਆ ਉਹ ਪ੍ਰੇਮ ਕੀ ਹੈ ਉਹ ਪ੍ਰੇਮ ਬਾਣੀ ਨੂੰ ਪੜ੍ਹਨਾ ਹੈ ਉਹ ਪ੍ਰੇਮ ਬਾਣੀ ਨੂੰ ਸਮਝਣਾ ਹੈ ਆਪਾਂ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਆ ਨਾ ਹਮੇਸ਼ਾ ਜੀ ਬਾਬਾ ਦੀਪ ਸਿੰਘ ਜੀ ਦੀ ਆਪਾਂ ਗੱਲ ਕਰਦੇ ਆ ਬਾਬਾ ਦੀਪ ਸਿੰਘ ਜੀ ਦੇ ਅੰਦਰ ਸਿਰ ਤਲੀ ਤੇ ਧਰ ਕੇ ਲੜਨ ਦੀ ਤਾਕਤ ਕਿੱਥੋਂ ਆਉਂਦੀ ਹੈ ਉਹਨਾਂ ਨੇ 11 ਸਰੂਪ ਹੱਤੀ ਲਿਖੇ ਆ ਕੋਈ ਲਿਖ ਸਕੇ ਅੱਜ ਤੱਕ ਹੂੰ ਉਹਨਾਂ ਨੇ ਸਰੂਪਾਂ ਦਾ ਉਤਾਰਾ ਕੀਤਾ ਉਹਨਾਂ ਨੇ ਗੁਰੂ ਸਾਹਿਬਾਨ ਨਾਲ ਸੇਵਾ ਕੀਤੀ ਆ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਉਹ ਸਾਰਾ ਕੁਝ ਗੁਰਬਾਣੀ ਚੋਂ ਤਾਕਤ ਆਉਂਦੀ ਹੈ ਅਸੀਂ ਕਿੱਥੇ ਲੈ ਕੇ ਖੜਾ ਕਰਤਾ ਸੇਵਾ ਕਿਉਂ ਨਹੀਂ ਹੁੰਦੀ ਕਿਉਂ ਇੰਡੀਵੀਜੂਅਲਿਜ਼ਮ ਆ ਗਿਆ ਕਿਉਂ ਸਿਰਫ ਦਿਖਾਵਾ ਰਹਿ ਗਿਆ ਆ ਬਾਬਾ ਦੀਪ ਸਿੰਘ ਚੌਂਕ ਦੇ ਵਿੱਚ ਤੁਸੀਂ ਅੱਜ ਦੇਖੋ ਹਾਲ ਕੀ ਰਹਿ ਗਿਆ ਬਾਬਾ ਦੀਪ ਸਿੰਘ ਜੀ ਦੇ ਸ਼ਹਾਦਤ ਤੇ ਜਾਂ ਉਹਨਾਂ ਦੇ ਜਨਮ ਤੇ ਉਥੇ ਕੇਕ ਕੱਟਿਆ ਜਾਂਦਾ ਕੇਕ ਕੱਟਿਆ ਜਾਂਦਾ ਮੈਂ ਇੰਨੀ ਪਿਛਲੇ ਸਾਲ ਮੈਂ ਵੀਡੀਓ ਭਾਈ 3 ਲੇਅਰ ਕੇਕ 50 ਕਿਲੋ ਦਾ ਕੇਕ ਬਣਾ ਕੇ ਗੁਰਦੁਆਰੇ ਦੇ ਬਾਅਦ ਤੁਸੀਂ ਕੇਕ ਕੱਟ ਰਹੇ ਹੋ ਇਹ ਸ਼ਰਧਾ ਨਹੀਂ ਹੈ ਇਹ ਕਿੱਥੋਂ ਦੀ ਸ਼ਰਧਾ ਜਿਹੜਾ ਇਨਸਾਨ ਜਿਸ ਮਨੁੱਖ ਨੇ ਜਿਸ ਸ਼ਹੀਦ ਨੇ ਸ਼ਹਾਦਤ ਦਿੱਤੀ ਇਸ ਗੱਲ ਦੇ ਲਈ ਕਿ ਗੁਰੂ ਪ੍ਰਤੀ ਸਮਰਪਿਤ ਹੋ ਜਾਓ ਹੂੰ ਗੁਰੂ ਨੂੰ ਪੜੋ ਗੁਰੂ ਨੂੰ ਸਮਝੋ ਅਸੀਂ ਉਹਨੂੰ ਇੱਕ ਕੇਕ ਤੱਕ ਸੀਮਤ ਕਰਤਾ ਲਿਆ ਕੇ ਸਿਰਫ ਆਪਣੀਆਂ ਰੀਲਾਂ ਪਿੱਛੇ ਹੂੰ ਸਿਰਫ ਆਪਣੀਆਂ ਰੀਲਾਂ ਬਣਾਉਣ ਪਿੱਛੇ ਅਸੀਂ ਉੱਥੇ ਬਾਹਰ ਅੱਛਾ ਤੁਹਾਨੂੰ ਇਹ ਵੀ ਦੱਸ ਦਿੰਨਾ ਬਾਬਾ ਤੁਹਾਨੂੰ ਇਹ ਲੱਗਦਾ ਜਿਹੜਾ ਇੰਨਾ ਰਸ਼ ਹੁੰਦਾ ਹੈ ਬਾਬਾ ਦੀਪ ਸਿੰਘ ਤੇ ਗੁਰਦੁਆਰੇ ਦੇ ਬਾਹਰ ਉਹ ਦੇਖਾ ਦਿਖਾਈ ਹੋ ਰਿਹਾ ਉਹ ਸਪਿਰਚੁਅਲੀ ਅੰਦਰੋਂ 100% ਦੇਖਾ ਦਿਖਾਈ ਹੈ ਜੇ ਸਪਿਰਚੁਅਲੀ ਹੋਵੇ ਜੇ ਸਪਿਰਚੁਅਲੀ ਹੋਵੇ ਤੇ ਹਰ ਗੁਰਦੁਆਰੇ ਦੇ ਵਿੱਚ ਹੋਵੇ ਅ ਜੇ ਸਪਿਰਚੁਅਲੀ ਹੋਵੇ ਤੇ ਇਹ ਮੰਨਤਾ ਨਹੀਂ ਹੁੰਦੀ ਕਿ ਫਲਾਨੇ ਥਾਂ ਤੋਂ ਹੀ ਸਾਡੀ ਕੋਈ ਮਨੋ ਕਾਮਨਾ ਪੂਰੀ ਹੋਣੀ ਹੈ ਮੈਨੂੰ ਇੱਕ ਗੱਲ ਦੱਸੋ ਇਹ ਨਹੀਂ ਹੈ ਪਹਿਲਾਂ ਦੱਸੋ ਉਹ ਕੋਈ ਉਹ ਕੋਈ ਇਤਿਹਾਸਕ ਸਥਾਨ ਹੈ ਨਾ ਚੌਂਕ ਦੇ ਵਿੱਚ ਇੱਕ ਬਣਿਆ ਗੁਰਦੁਆਰਾ ਹੈ ਮੇਰੀ ਗੱਲ ਸੁਣੋ ਪਰ ਕੀ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਜੇ ਸਥਾਨ ਤੇ ਸਾਰਾ ਦਿਨ ਪਾਠ ਹੋ ਰਿਹਾ ਜਿੱਥੇ ਚਪਹਰੇ ਕੱਟੇ ਜਾ ਰਹੇ ਆ ਸੁਖਮਨੀ ਸਾਹਿਬ ਦੀ ਲੜੀ ਟੁੱਟ ਨਹੀਂ ਰਹੀ ਖੰਡ ਪਾਠ ਸਾਹਿਬ ਹੋ ਰਿਹਾ ਲਗਾਤਾਰ ਕੀਰਤਨ ਸੰਗਤ ਕਰ ਰਿਓ ਉਸ ਗੱਲ ਨਾਲ ਕੋਈ ਫਰਕ ਨਹੀਂ ਉਹ ਹਰ ਗੁਰਦੁਆਰੇ ਚ ਨਹੀਂ ਹੋ ਰਿਹਾ ਸੋ ਥਾਂ ਸੋ ਆਵਾਰਾਮ ਰਾਜਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਜਿੱਥੇ ਗੁਰੂ ਪਾਤਸ਼ਾਹ ਮੌਜੂਦ ਹੈ ਉਹ ਹਰ ਥਾਂ ਪਵਿੱਤਰ ਨਹੀਂ ਹੈ ਉਹ ਹਰ ਥਾਂ ਇੱਕੋ ਮਾਨਤਾ ਨਹੀਂ ਰੱਖਣੀ ਚਾਹੀਦੀ ਮੈਨੂੰ ਇਹਦਾ ਜਵਾਬ ਦਿਓ ਕਿਉਂ ਅਸੀਂ ਇੱਕ ਗੁਰਦੁਆਰੇ ਨੂੰ ਜਾਂ ਇੱਕ ਬਣਾਈ ਹੋਈ ਜਗ੍ਹਾ ਨੂੰ ਗੁਰਦੁਆਰਾ ਕਮੇਟੀ ਵੱਲੋਂ ਗੁੱਡ ਮਾਰਕੀਟਿੰਗ ਕਰਕੇ ਚਲਾਈ ਹੋਈ ਜਗ੍ਹਾ ਨੂੰ ਕਹਿ ਦਿੰਨੇ ਆ ਕਿ ਇਹਦੀ ਮਾਨਤਾ ਜ਼ਿਆਦਾ ਹੈ ਕਿਵੇਂ ਹੋ ਗਈ ਇਹਦੀ ਮਾਨਤਾ ਜ਼ਿਆਦਾ ਫਿਰ ਗੁਰੂ ਗੁਰੇ ਇੱਕ ਬਰਾਬਰ ਜਿਹੜਾ ਇਹ ਗੱਲ ਕਹੀ ਜਾਂਦੀ ਕਿ ਸਾਹਮਣੇ ਵਾਲਾ ਗੁਰੂ ਘਰ ਸੀ ਜਿੱਥੇ ਵੱਡਾ ਵੱਡਾ ਮਤਲਬ ਸਪੇਸ ਵਾਈਜ਼ ਕਹਿ ਰਹੇ ਆ ਏਰੀਆ ਵਾਈਜ਼ ਵੱਡਾ ਕਹਿ ਰਹੇ ਆ ਮੈਂ ਜਿੱਥੇ ਸੰਗਤ ਵੱਧ ਇਕੱਠੀ ਹੋ ਸਕਦੀ ਆ ਆ ਸਕਦੇ ਜੁੜ ਸਕਦੇ ਬਹਿ ਸਕਦੇ ਆ ਉੱਥੇ ਵੀ ਫਿਰ ਇੱਕ ਸਥਾਨ ਬਣਾਇਆ ਗਿਆ ਬਾਬਾ ਦੀਪ ਸਿੰਘ ਦਾ ਬਾਦ ਦੇ ਵਿੱਚ ਫਿਰ ਬਾਅਦ ਚ ਉੱਥੇ ਬਾਬਾ ਬੁੱਢਾ ਜੀ ਦਾ ਵੀ ਇੱਕ ਸਥਾਨ ਬਣਾ ਦਿੱਤਾ ਗਿਆ ਹੁਣ ਉਹ ਕਿਉਂ ਹੈ ਕਿਉਂ ਅੰਦਰ ਅੰਦਰ ਗੁਰੂ ਵਿਰਾਜਮਾਨ ਹੈ ਹਮ ਇਹ ਹਾਸੇ ਵਾਲੀ ਗੱਲ ਨਹੀਂ ਹੈ ਇਹ ਕਾਮ ਦੀ ਤਰਾਸਦੀ ਨਹੀਂ ਹੈ ਅੰਦਰ ਗੁਰੂ ਵਿਰਾਜਮਾਨ ਹੈ ਅੰਦਰ ਕੋਈ ਨਹੀਂ ਜਾ ਰਿਹਾ ਉਹਨਾਂ ਨੂੰ ਸਪੈਸ਼ਲ ਚੌਂਕ ਦੇ ਵਿੱਚ ਬਾਹਰ ਬਾਬਾ ਬੁੱਢਾ ਜੀ ਲਿਖ ਕੇ ਉੱਪਰ ਪੁੱਤਰਾਂ ਦੇ ਦਾਨੇ ਲਿਖ ਕੇ ਲਾਣਾ ਪੈ ਰਿਹਾ ਹੈ ਤਾਂ ਕਿ ਸੰਗਤ ਆਏ। ਇਹ ਲਿਖਿਆ ਹੋਇਆ ਹੈ। ਉੱਥੇ ਉੱਥੇ ਲਿਖਿਆ ਜਾਂ ਉੱਥੇ ਲੋਕ ਉੱਥੇ ਲੰਗਰ ਵੀ ਸਪੈਸ਼ਲ ਇਸੇ ਤਰ੍ਹਾਂ ਦਾ ਹੈ। ਵੀ ਇੱਥੇ ਦੁਪਹਿਰਾ ਕੱਟੋਗੇ ਤਾਂ ਆ ਮਿਲਣਾ ਹੈ। ਆ ਪੁੱਤਰ ਮਿਲਣਾ ਹੈ। ਆ ਮਿਲਣਾ ਹੈ। ਮੈਂ ਇੱਕੋ ਗੱਲ ਕਰਨਾ ਚਾਹੁੰਨਾ ਗੁਰੂ ਦੀ ਗੱਲ ਕਿੱਥੇ ਆ? ਬਾਣੀ ਦੀ ਗੱਲ ਕਿੱਥੇ ਆ? ਮੇਰਾ ਸਵਾਲ ਮੁਰਮੁਰੇ ਹੈ ਬਾਣੀ ਕਿੱਥੇ ਆ? ਉਹ ਤਾਕਤ ਕਿੱਥੋਂ ਆਉਂਦੀ ਸੀ ਸਿੰਘਾਂ ਦੇ ਵਿੱਚ? ਆਪਾਂ ਹੁਣੇ ਮਸਤਾਨੇ ਪਿਕਚਰ ਦੇਖੀ। ਆਪਾਂ ਇਹ ਸਾਰ ਅਰਦਾਸ ਦੀ ਤਾਕਤ ਦੀ ਆਪਾਂ ਗੱਲ ਕੀਤੀ ਜਦ ਆਪਾਂ ਅਰਦਾਸ ਦੀ ਗੱਲ ਕਰਦੇ ਆ ਤਾਂ ਆਪਾਂ ਗੁਰੂਆਂ ਦਾ ਧਿਆਨ ਤਰਦੇ ਆ ਬਿਲਕੁਲ ਗੁਰੂਆਂ ਦਾ ਧਿਆਨ ਧਰਨਾ ਕੀ ਹੈ ਗੁਰੂ ਦੀ ਗੱਲ ਵੱਲ ਧਿਆਨ ਧਰਨਾ ਹੂੰ ਗੁਰਗੋਬਿੰਦ ਸਿੰਘ ਪਾਚਾ ਨੇ ਜੋ ਕਿ ਉਸ ਗੱਲ ਵੱਲ ਧਿਆਨ ਧਰਨਾ ਗੁਰੰਗਤ ਪਾਤਸ਼ਾਹ ਦੀ ਗੱਲ ਵੱਲ ਧਿਆਨ ਧਰਨਾ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਦੀ ਲੰਗਰ ਵੱਲ ਧਿਆਨ ਧਰਨਾ ਇਹ ਹੋਰ ਅਰਦਾਸ ਹੈ ਨਾ ਜਦ ਅਸੀਂ ਕੋਈ ਲੰਗਰ ਪਕਾਉਨੇ ਆ ਅਸੀਂ ਅਰਦਾਸ ਕਰਦੇ ਆ ਉਹ ਅਰਦਾਸ ਕੀ ਹੈ ਕਿ ਗੁਰਨਾਨਕ ਪਾਤਸ਼ਾਹ ਦਾ ਦਿੱਤਾ ਹੋਇਆ ਇਹ ਲੰਗਰ ਹੈ ਮੈਂ ਦਾ ਧਿਆਨ ਧਰ ਕੇ ਅੱਜ ਲੰਗਰ ਵਰਤਾਨ ਲੱਗਿਆ ਬਿਲਕੁਲ ਇਹ ਗੁਰਬਾਣੀ ਗੁਰੂ ਕੀ ਹੈ ਗੁਰੂ ਸ਼ਬਦ ਹੈ ਤਾਂ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਜਿਵੇਂ ਆਪਾਂ ਗੱਲ ਕੀਤੀ ਕਿ ਆਪਾਂ ਆਪਣੀਆਂ ਮਾਵਾਂ ਨਾਲ ਐ ਜਾਂਦੇ ਸੀ ਸਾਡੇ ਚੋਂ ਇਨਹੈਰਿਟ ਹੋਈਆਂ ਚੀਜ਼ਾਂ ਤੁਸੀਂ ਗੁਰੂ ਆਲੇੋਂ ਅੱਜ ਵੀ ਬਾਣਾ ਵੀ ਐ ਤੁਹਾਡੇ ਕੋਲ ਜਿਹੜੇ ਬੱਚੇ ਹੁਣ ਜਾ ਰਹੇ ਆ ਉਹਨਾਂ ਦੇ ਜ਼ੈਨ ਚ ਹੀ ਬਿਠਾਇਆ ਜਾ ਰਿਹਾ ਕਿ ਆਹ ਪੁੱਤਰਾਂ ਦੇ ਦਾਨੀ ਦਾ ਸਥਾਨ ਐ ਇੱਥੇ ਇਹ ਮੰਗਣ ਜਾਣਾ ਤਾਂ ਇਹ ਸਥਾਨ ਤੇ ਜਾਣਾ ਜੇ ਫਲਾਨੀ ਚੀਜ਼ ਮੰਗਣੀ ਤਾਂ ਫਿਰ ਦੂਜੇ ਪਾਸੇ ਜਾਣਾ ਉਹ ਹੁਣ ਇਹ ਚੀਜ਼ਾਂ ਇਨਹੈਰਿਟ ਕਰੂਗਾ ਬਿਲਕੁਲ ਅਸੀਂ ਨਾ ਸਿੱਖੀ ਉਹਨਾਂ ਨੂੰ ਬੜਾ ਇੱਕ ਸ਼ੋਸ਼ਾ ਬਣਾ ਕੇ ਦੇ ਦਿੱਤੀ ਕਿ ਆਹ ਸਿੱਖੀ ਆ ਸਿੱਖੀ ਤਾਂ ਕਿਹਸਾ ਸਵਾਸਾਂ ਵਾਲੀ ਐ ਸਿੱਖੀ ਤਾਂ ਵਾਲੋਂ ਨਿੱਕੀ ਖੰਨੇਓ ਤਿੱਖੀ ਐ ਸਿੱਖੀ ਉਹ ਹੈ ਜੋ ਗੁਰੂ ਪਾਤਸ਼ਾਹ ਨੇ ਵਿਖਾਈ ਹੈ ਸਿੱਖੀ ਉਹ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਤਾਰੋ ਸਿੰਘ ਨੇ ਵਿਖਾਈ ਹੈ ਸਿੱਖੀ ਪ੍ਰੋਡਕਟ ਨਹੀਂ ਹੈ ਜੋ ਤੁਸੀਂ ਰੀਲ 'ਚ ਪਾ ਦੋਗੇ ਹੂੰ ਸਿੱਖੀ ਨੂੰ ਤੁਸੀਂ ਬਣਾਤਾ ਫਿਰ ਉਹੀ ਗੱਲ ਹੈ ਨਾ ਫਿਰ ਅਸੀਂ ਕੈਜੂਅਲ ਕਰਤਾ ਕਿ ਆਵੇ ਸਿੱਖੀ ਹੈ ਜੇ ਮੈਂ ਬਾਬਾ ਦੇਵ ਸਿੰਘ ਗੁਰਦੁਆਰੇ ਦੇ ਬਾਹਰ ਖੜ ਕੇ ਕੇਕ ਕੱਟਤਾ ਤਾਂ ਮੇਰੀ ਸਿੱਖੀ ਹੋ ਗਈ ਸਿੱਖੀ ਨਹੀਂ ਹੈ ਮੈਂ ਵੀ ਹੈ ਸਿੱਖੀ ਤਾਂ ਮੈਂ ਉਹ ਕਈ ਵਾਰੀ ਇਹ ਕਹਿੰਦੇ ਆ ਕਿ ਉੱਥੇ ਲੰਗਰ ਹੈ ਆਪਾਂ ਕਰਾਇਆ ਹੈ ਫਿਰ ਉਹ 10 ਬੰਦਿਆਂ ਨੂੰ ਦੱਸਿਆ ਵੀ ਜਾਂਦਾ ਵੀ ਉੱਥੇ ਪਹੁੰਚਿਓ ਬਿਲਕੁਲ ਲੰਗਰ ਆਪਣੇ ਵੱਲੋਂ ਐ ਇਹੋ ਹੀ ਤਾਂ ਤਰਾਸਦੀ ਹੈ ਕਿ ਗੁਰਪੁਰਬ ਵਾਲੇ ਦਿਨ ਨਾ ਕਦੇ ਗੁਰਨਾਨਕ ਪਾਤਸ਼ਾਹ ਦੇ ਗੁਰਪੁਰਬ ਵਾਲੇ ਦਿਨ ਜਾਂ ਦੀਵਾਲੀ ਵਾਲੇ ਦਿਨ ਨਵੇਂ ਸਾਲ ਵਾਲੇ ਦਿਨ ਐਸੇ ਚੌਂਕ 'ਚ ਜਾ ਕੇ ਵੇਖਿਓ ਦੋ ਗੁਰਦੁਆਰੇ ਨਾ ਬਾਬਾ ਦੀਪ ਸਿੰਘ ਗੁਰਦੁਆਰਾ ਜਾਂ ਸਾਹਮਣੇ ਮੇਨ ਗੁਰਦੁਆਰਾ ਇਹ ਐਦਾਂ ਦੀ ਹੋਰ ਬੜੀਆਂ ਥਾਵਾਂ ਆਂਦਰ ਸੰਗਤ ਘੱਟ ਐ ਬਾਹਰ ਸਟਾਲਾਂ ਤੇ ਸੰਗਤ ਜ਼ਿਆਦਾ ਕਿਉਂਕਿ ਹਰ ਬੰਦੇ ਨੇ ਆਪਣਾ ਸਟਾਲ ਲਾਇਆ ਹੋਇਆ ਹੈ ਸ਼ੋਅ ਕਰਨ ਲਈ ਕਿ ਇਹ ਮੇਰਾ ਸਟਾਲ ਹੈ ਸੂਪ ਦਾ ਸਟਾਲ ਹੈ ਮੋਂਚੋ ਸੂਪ ਦਾ ਸਟਾਲ ਹੈ ਪੀਜ਼ੇ ਦਾ ਲੰਗਰ ਆ ਨਿਊਟਰੀ ਨਿਊਟਰੀ ਆ ਇਹ ਲਗਜ਼ਰੀ ਕਿਉਂ ਅਸੀਂ ਉਹੀ ਗੱਲ ਨਾ ਅਸੀਂ ਸਿੱਖੀ ਨੂੰ ਇੱਕ ਤਮਾਸ਼ਾ ਬਣਾ ਕੇ ਰੱਖਤਾ ਪ੍ਰੋਡਕਟ ਬਣਾ ਕੇ ਰੱਖਤਾ ਮੈਂ ਕਿਸੇ ਦੀ ਸ਼ਰਧਾ ਤੇ ਸਵਾਲ ਨਹੀਂ ਕਰ ਰਿਹਾ ਮੈਂ ਕਿਸੇ ਦੀ ਸ਼ਰਧਾ ਤੇ ਸਵਾਲ ਨਹੀਂ ਕਰ ਰਿਹਾ ਜਿਹਦੇ ਕੋਲ ਸ਼ਰਧਾ ਹੈ ਉਹ ਜੀ ਸਦਕੇ ਲਾਏ ਪਰ ਮੈਂ ਇਹ ਸਵਾਲ ਕਰ ਰਿਹਾ ਕਿ ਜ਼ਿਆਦਾ ਜ਼ਰੂਰੀ ਕੀ ਸੀ ਮੋੜ ਕੀ ਸੀ ਮੋੜ ਬਾਣੀ ਸੀ ਉੱਥੋਂ ਮੁਨਕਰ ਹੋ ਕੇ ਬਾਕੀ ਸਭ ਕਰੀ ਜਾਣਾ ਇਹ ਗਲਤ ਆ ਪਹਿਲੇ ਇੱਕ ਬਾਣੀ ਨਹੀਂ ਪੜ ਰਹੇ ਅੰਦਰ ਤਾਂ ਬਹਿੰਦੇ ਨਹੀਂ ਲੰਗਰ ਵਾਲੇ ਤੁਸਤਾ ਖੈਰ ਤੁਸੀਂ ਕੱਲੇ ਲੁਧਿਆਣੇ ਤੇ ਸੀਮਨ ਤੋਂ ਨਾ ਮੇਰੇ ਤਾਂ ਧਿਆਨ ਹੈ ਜਿਹੜਾ ਮੈ ਮਲੋੜ ਸਾਡਾ ਗੁਰੂ ਘਰ ਹੈ ਜਿੱਥੇ ਅਸੀਂ ਪ੍ਰਕਾਸ਼ ਪੁਰਬ ਮਨਾਉਂਦੇ ਆ ਲੰਗਰ ਜਿੱਥੇ ਵਰਤਾਇਆ ਜਾਂਦਾ ਸਾਡੇ ਤਾਂ ਗਲੀ 'ਚ ਬੰਦੇ ਆ ਕਿਉਂਕਿ ਇੰਨਾ ਥਾਂ ਹੈ ਨਹੀਂ ਗਲੀ 'ਚ ਲੰਗਰ ਵੇਲੇ ਭੀੜ ਜ਼ਿਆਦਾ ਹੁੰਦੀ ਹੈ ਅੰਦਰ ਜਿੱਥੇ ਪੰਗਤ ਨੇ ਬਹਿਣਾ ਹੈ ਉੱਥੇ ਤਾਂ ਹੁੰਦਾ ਹੀ ਕੋਈ ਨਹੀਂ 10 ਬੰਦੇ ਮਸਾਂ ਬੈਠੇ ਹੁੰਦੇ ਇਹ ਗੱਲ ਮੋੜ-ਮੋੜ ਉਹੀ ਹੈ ਸਿਮਰਨ ਜੋਤ ਜੀ ਕਿ ਕਿਉਂ ਹੈ ਐਸੇ ਲਈ ਹੈ ਕਿ ਮਾਵਾ ਨੇ ਅੱਗੇ ਮਾਵਾ ਪਤਾ ਹੈ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਸੀ ਤੇ ਕੈਂਪਾਂ ਤੇ ਭੇਜਦੀਆਂ ਸੀ ਗੁਰਮਤ ਕੈਂਪਾਂ ਤੇ ਗੁਰਦੁਆਰਿਆਂ ਦਾ ਜੋਰ ਲੱਗਾ ਹੁੰਦਾ ਸੀ ਗਲੀ ਮੱਲੇ ਦਾ ਹਰ ਬੱਚਾ ਗੁਰਮਤ ਕੈਂਪ ਤੇ ਆਇਆ ਆਪਾਂ ਹਰ ਐਤਵਾਰ ਤੁਸੀਂ ਲਾਈਆਂ ਕਿ ਨਹੀਂ ਲਾਈਆਂ ਕਲਾਸਾਂ ਹੁੰਦੀਆਂ ਸੀ ਸਾਨੂੰ ਇਤਿਹਾਸ ਪੜਾਇਆ ਗੁਰਦੁਆਰੇ ਜਾਂਦੇ ਸੀ ਕਲਾਸਾਂ ਲਾਉਂਦੇ ਸੀ ਬਾਣੀ ਕੰਠ ਮੁਕਾਬਲੇ ਹੁੰਦੇ ਸੀ ਸਾਡੇ ਸਾਲ ਚ ਸਿੱਖ ਮਿਸ਼ਨਰੀ ਕਾਲਜ ਦੇ ਹੋਰ ਚਾਰ ਸੰਸਥਾਵਾਂ ਦੇ ਪੇਪਰ ਹੁੰਦੇ ਸੀ ਅਸੀਂ ਪੇਪਰ ਦਿੰਦੇ ਸੀ ਬਾਣੀ ਕੰਠ ਮੁਕਾਬਲਿਆਂ ਦੇ ਮੈਡਲ ਮਿਲਦੇ ਸੀ ਉਹ ਸਵਾਦ ਸੀ ਸਿੱਖੀ ਦਾ ਬਿਲਕੁਲ ਉਹ ਸਵਾਦ ਸੀ ਸਿੱਖੀ ਦਾ ਸਵਾਦ ਅੱਛਾ ਜਿਹੜੀਆਂ ਚੀਜ਼ਾਂ ਤੋਂ ਤੁਹਾਡਾ ਗੁਰੂ ਤੁਹਾਨੂੰ ਦੂਰ ਕਰਕੇ ਗਿਆ ਅੱਜ ਹਰ ਉਹ ਚੀਜ਼ ਵਾਲਾ ਸੇ ਵਧਦੇ ਜਾ ਰਹੇ ਆ ਗੁਰਦੁਆਰਿਆਂ ਦੇ ਵਿੱਚ ਕੈਂਡਲਾਂ ਦਾ ਕੀ ਮਤਲਬ ਆ ਨਹੀਂ ਹੋਣੀ ਚਾਹੀਦੀ ਕਿ ਕਿਉਂ ਹੋਣੀ ਚਾਹੀਦੀ ਆ ਜਿਵੇਂ ਦੀਵਾਲੀ ਤੇ ਲਾ ਦਿੰਦੇ ਆ ਜਾਂ ਗੁਰਪੁਰਬ ਦਰਬਾਰ ਸਾਹਿਬ ਵੀ ਲਾਉਂਦੇ ਆ ਆਪਾਂ ਜਾ ਕੇ ਅਸੀਂ ਤਾਂ ਇਹ ਕਹਿੰਨੇ ਆ ਨਾ ਬਿਨ ਤੇਲ ਦੀਵਾ ਐਂ ਬੁਲੇ ਬਿਨਾ ਤੇਲ ਤੋਂ ਦੀਵਾ ਕਿਵੇਂ ਜਲਦਾ ਹੂੰ ਗੁਰਬਾਣੀ ਦਾ ਚਾਨਣ ਆ ਨਾ ਗੁਰਬਾਣੀ ਇਸ ਜਗ ਮੈਂ ਚਾਨਣ ਆ ਨਾ ਅਸੀਂ ਤਾਂ ਗੱਲ ਇਹ ਕਰਦੇ ਆ ਕਿ ਜਿਹੜੇ ਆ ਦੀਵੇ ਜਗਦੇ ਆ ਚਾਨਣ ਹੈ ਇਹ ਗਿਆਨ ਦਾ ਪਰ ਇਹ ਤਾਂ ਦਰਬਾਰ ਸਾਹਿਬ ਵੀ ਅਸੀਂ ਗੁਰੂ ਅਰਜਨਦਾਸ ਦੇ ਪ੍ਰਕਾਸ਼ ਪੁਰਬ ਤੇ ਅਸੀਂ ਦੀਵਾਲੀ ਤੇ ਸਾਰੀ ਜਗ੍ਹਾ ਕਰਦੇ ਆ ਕਿਉਂਕਿ ਗੁਰਦੁਆਰਾ ਕਮੇਟੀਆਂ ਨੇ ਵੀ ਨਹੀਂ ਰੋਕਿਆ ਆਤਿਸ਼ਬਾਜ਼ੀ ਵੀ ਕਰਦੇ ਆ ਉਸ ਦੇ ਨਾਲ ਸੰਗਤ ਆਉਂਦੀ ਆ ਆਤਿਸ਼ਬਾਜ਼ੀ ਵੀ ਨਹੀਂ ਹੋਣੀ ਚਾਹੀਦੀ ਨਾ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂ ਹੋਣੀ ਚਾਹੀਦੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਹੀ ਜਾਂਦੇ ਆ ਉੱਥੇ ਹੀ ਵੈਕਸ ਨਾਲ ਮੋਮਬਤੀਆਂ ਝੁੱਟੀਆਂ ਜਾਂਦੇ ਆ ਉੱਥੇ ਆਤਿਸ਼ਬਾਜ਼ੀ ਕਰੀ ਜਾਂਦੇ ਆ ਇਹ ਸਾਰਾ ਕੁਝ ਗੁਰੂ ਅਰਜਨਦਾਸ ਦੇ ਸਿਧਾਂਤ ਤੋਂ ਉਲ ਗੁਰੂ ਨਾਨਕ ਪਾਛਾ ਦੇ ਸਿਧਾਂਤ ਉਲਟ ਨਹੀਂ ਹੈ ਅੱਛਾ ਫਿਰ ਇੰਨੇ ਇੰਨੇ ਤੁਸੀਂ ਸਟ੍ਰਿਕਟ ਹੋ ਜਾਓਗੇ ਤਾਂ ਫਿਰ ਤਾਂ ਦੁਨਿਆਵੀ ਚੀਜ਼ਾਂ ਤੋਂ ਤਾਂ ਫਿਰ ਤਾਂ ਬੰਦਾ ਪਾਰ ਹੀ ਹੋ ਗਿਆ ਸਾਰੀ ਗੱਲ ਅੱਛਾ ਚਲੋ ਸਟ੍ਰਿਕਟ ਕੋਈ ਨਹੀਂ ਹੈ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਗੁਰਦੁਆਰਿਆਂ ਦੇ ਬਾਹਰ ਖੜਾ ਹੋ ਜਾ ਕਿ ਅੱਜ ਤੋਂ ਬਾਅਦ ਇਹ ਨਹੀਂ ਕਰਨਾ ਮੈਂ ਤਾਂ ਕਹਿ ਰਿਹਾ ਕਿ ਜੋ ਕਰਨਾ ਕਰੀ ਜਾਓ ਪਹਿਲਾਂ ਬਾਣੀ ਤਾਂ ਪੜ ਲਓ ਹੂੰ ਪਹਿਲਾਂ ਬਾਣੀ ਪੜ ਲਓ ਪਹਿਲੇ ਆਪਾਂ ਅਕਾਲ ਤਖਤ ਸਾਹਿਬ ਜਾਈਏ ਆਪਾਂ ਪਹਿਲੇ ਹੁਕਮਨਾਮਾ ਸੁਣੀਏ ਅਸੀਂ ਪਾਠ ਕਰੀਏ ਸਾਰੇ ਬੱਚਿਆਂ ਨੂੰ ਗੁਰਪੁਰਪ ਤੇ ਮਕਸਦ ਇਹ ਹੋਣਾ ਜੀਦਾ ਕਿੰਨੇ ਬੱਚਿਆਂ ਨੂੰ ਚਰਨੀ ਲੱਗਣਾ ਚਾਹੀਦਾ ਕਿੰਨੇ ਬੱਚੇ ਸਹਿਜ ਪਾਠ ਆਰੰਭ ਕਰ ਰਹੇ ਆ ਪਹਿਲੇ ਆ ਹੋਏ ਅੱਛਾ ਮੁੜ ਕੇ ਜੇ ਤੁਹਾਨੂੰ ਲੱਗਦਾ ਤੁਸੀਂ ਬਾਹਰ ਲੰਗਰ ਲਾਣੇ ਆ ਤੁਸੀਂ ਗੁਰਦੁਆਰੇ ਦੇ ਬਾਹਰ ਜਾ ਕੇ ਮੋਮਬੱਤੀ ਜਗਾਣੀਆਂ ਚਲੋ ਦੋ ਪਟਾਕੇ ਚਲਾਣੇ ਆ ਤੁਸੀਂ ਜੋ ਕਰਦੇ ਹੋ ਕਰੀ ਜਾਓ ਹੌਲੀ ਹੌਲੀ ਪਰ ਜਦ ਗੁਰਬਾਣੀ ਪੜੋਗੇ ਨਾ ਤਾਂ ਹੌਲੀ ਹੌਲੀ ਉੱਥੋਂ ਆਪੇ ਦੂਰ ਹੋ ਜਾਓਗੇ ਕਿਉਂਕਿ ਤੁਹਾਨੂੰ ਗਿਆਨ ਦਾ ਚਾਨਣ ਹੋ ਜਾਊਗਾ ਅਸੀਂ ਕਹਿੰਦੇ ਅਸਲੀ ਚਾਨਣ ਤਾਂ ਯਾਰ ਇਹ ਐ ਮੈਂ ਬਾਹਰ ਐ ਹੀ ਕਰੀ ਜਾਂਦਾ ਇਹਨੇ ਸਾਲ ਤੋਂ ਮੈਨੇ ਇੱਕ ਗੱਲ ਦੱਸੋ ਕਿਸੇ ਇਤਿਹਾਸ ਦੇ ਵਿੱਚ ਰੈਫਰੈਂਸ ਆਉਂਦਾ ਹੈ ਕਿ ਨਿਸ਼ਾਨ ਸਾਹਿਬ ਦੇ ਬਾਹਰ ਗੁਰ ਹਰਗੋਬਿੰਦ ਪਾਚਾ ਨੇ ਮੋਮਬੱਤੀ ਜਗਾਈ ਹੋਏ ਅਸੀਂ ਕੀ ਕਰੀ ਜਾਂਦੇ ਆ ਇਤਿਹਾਸ ਸਾਡਾ ਇਤਿਹਾਸ ਕੋਈ 1000 2000 ਸਾਲ ਪੁਰਾਣਾ ਤਾਂ ਨਹੀਂ ਹੈ ਆ 400 ਸਾਲ ਨਹੀਂ ਹੋਏ 500 ਸਾਲ ਨਹੀਂ ਹੋਏ ਸਾਰਾ ਲਿਖਤੀ ਇਤਿਹਾਸ ਹੈ ਅਧੀਆਂ ਤਸਵੀਰਾਂ ਵੀ ਰੈਡੀ ਹੈ ਸਾਰਾ ਕੁਝ ਤੁਹਾਡੇ ਕੋਲ ਇਤਿਹਾਸ ਸਾਰਾ ਪਿਆ ਕਿਤੇ ਆਉਂਦਾ ਜਿੱਤੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਵਾਲੇ ਦੀ ਐਗਜ਼ਾਮਪਲ ਆਦੀ ਕਿਤੇ ਬਾਵਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਵਾਲੇ ਦੀ ਐਗਜ਼ਾਮਪਲ ਆਉਂਦੀ ਹੈ ਕਿ ਗੁਰਪੁਰਬ ਮਨਾਇਆ ਗਿਆ ਨੀਆਂ ਮੋ ਕਿੱਤੇ ਤਾਂ ਹੈ ਸਾਨੂੰ ਇਤਿਹਾਸ 'ਚ ਮੈਨੂੰ ਕੋਈ ਰੈਫਰੈਂਸ ਤਾਂ ਮਿਲੇ ਅੱਛਾ ਤੁਸੀਂ 50 ਸਾਲ ਪਿੱਛੇ ਚਲੇ ਜਾਓ ਉਦੋਂ ਵੀ ਨਹੀਂ ਸੀ ਆਦਾ ਪਿਛਲੇ 20 30 ਸਾਲ ਤੋਂ ਹੈ ਜਦ ਤੁਸੀਂ ਜੰਮੇ ਸੀ ਜਾਂ ਜਦ ਮੈਂ ਨਿੱਕਾ ਸੀ ਮੈਂ ਤਾਂ ਨਹੀਂ ਸੀ ਦੇਖਦਾ ਗੁਰਦੁਆਰਿਆਂ ਦੇ ਬਾਹਰ ਮੋਮਬੱਤੀਆਂ ਨਹੀਂ ਸੀ ਇਹਦਾ ਅੰਤ ਕੀ ਹੈ ਇਹਦਾ ਫਿਰ ਤੁਸੀਂ ਵਧੀ ਕੀ ਜਾਓਗੇ ਤੁਸੀਂ ਸਿੱਖੀ ਉਹਨਾਂ ਨੂੰ ਕੰਫਰਟ ਉਹਨਾਂ ਦੇ ਕੰਫਰਟ ਜ਼ੋਨ 'ਚ ਦੇਤੀ ਕਿ ਜਦ ਬੱਚੇ ਗੁਰਦੁਆਰੇ ਮੋਮਬੱਤੀ ਜਗਾ ਦੇ ਆ ਸਿੱਖੀ ਹੋ ਗਈ ਹੂੰ ਉਹ ਅੰਦਰ ਨਹੀਂ ਬਹਿੰਦਾ ਉਹਨੂੰ ਕੀਰਤਨ ਨਹੀਂ ਸੁਣਦਾ ਈਜ਼ੀ ਹੋ ਗਿਆ ਨਾ ਤੁਸੀਂ ਕਹੋ ਚਲ ਠੀਕ ਐ ਐਸੇ ਬਣਨੇ ਬੱਚਾ ਗੁਰਦੁਆਰੇ ਜਾ ਰਿਹਾ ਮੋਮਬ ਤੁਸੀਂ ਕਿਹਾ ਚੱਲ ਐਸੇ ਬੰਨੇ ਗੁਰਦੁਆਰੇ ਜਾ ਰਿਹਾ ਪਰ ਨਹੀਂ ਗੁਰਦੁਆਰੇ ਲੈਣ ਕੀ ਜਾਣਾ ਸੀ ਗੁਰੂ ਅੱਗੇ ਸੀਸ ਭੇਟ ਕਰਨਾ ਸੀ ਮੱਤ ਲੈਣੀ ਸੀ ਗੁਰੂ ਦੀ ਬੈਠਦਾ ਨਹੀਂ ਐ ਆਪਾਂ ਸੋਦਰ ਦੀ ਚੌਂਕੀ ਤੋਂ ਸੁਖਾਸਨ ਤੱਕ ਲਗਾਤਾਰ ਇੱਕ ਚੌਂਕੜੇ 'ਚ ਬੈਠਦੇ ਸੀ ਨਹੀਂ ਬਹਿੰਦਾ ਬੱਚਾ ਹੁਣ ਅੱਛਾ ਇਹ ਤੁਹਾਨੂੰ ਇਹ ਵੀ ਕਮਾਲ ਦੀ ਗੱਲ ਦੱਸਾਂ ਵੀਰੇ ਇਹ ਪੰਜਾਬ 'ਚ ਹੀ ਦਿੱਕਤ ਜ਼ਿਆਦਾ ਹੈ ਜ਼ਿਆਦਾ ਹੈ ਜ਼ਿਆਦਾ ਮੈਂ ਦਿੱਲੀ ਮੈਂ ਬੈਂਗਲੌਰ ਮੈਂ ਪੂਨੇ ਮੈਂ ਜੰਮੂ ਮੈਂ ਕਾਨਪੁਰ ਸਾਰੀ ਜਗ੍ਹਾ ਜਾ ਆਇਆ ਸਿੱਖੀ ਵੀ ਪੂਰੀ ਐ ਕੇਸ ਦਾੜੀ ਵੀ ਪੂਰੇ ਐ ਰੋਮਾ ਦੀ ਬੇਅਦਬੀ ਵੀ ਨਹੀਂ ਹੈ ਤੇ ਬੱਚੇ ਕਿਉਂ ਬੱਚੇ ਉੱਥੇ ਸਾਰੇ ਬਹਿ ਕੇ ਗੁਰੂ ਘਰਾਂ ਦੇ ਵਿੱਚ ਸ਼ਾਮੀ ਜਾਂਦੇ ਵੀ ਹੈ ਕਿਉਂ ਜਿੱਥੇ ਸਕੁਅਰ ਸਿਟੀ ਹੈ ਨਾ ਉੱਥੇ ਵੈਲਿਊ ਪੈਂਦੀ ਆ ਹਮ ਅਸੀਂ ਕੀ ਕੀਤਾ ਗਲੀਆਂ ਚ ਚਾਰ ਇੱਕ ਗਲੀ ਐ ਦੋ ਗੁਰਦੁਆਰੇ ਬਣਾਤੇ ਅਬੰਡੈਂਸ ਦਿੱਤੀ ਅੱਛਾ ਜ਼ਿਆਦਾ ਅਬੰਡੈਂਸ ਦਿੱਤੀ ਫੇਰ ਪ੍ਰਧਾਨਗੀਆਂ ਦੀਆਂ ਲੜਾਈਆਂ ਦੇਤੀਆਂ ਹਮ ਬੱਚਾ ਕਹਿੰਦਾ ਮੈਂ ਲੈਣਾ ਕੀ ਐ ਜਾ ਕੇ ਬਿਲਕੁਲ ਅੱਛਾ ਜਿੱਥੇ ਪ੍ਰੋਬਲਮ ਆਈ ਜਿੱਥੇ ਜੈਨੋਸਾਈਡ ਹੋਏ ਦਿੱਲੀ ਦੀ ਗੱਲ ਕਰ ਰਿਹਾ ਜਿੱਥੇ ਜੈਨੋਸਾਈਡ ਹੋਏ ਉੱਥੇ ਅੰਮ੍ਰਿਤਧਾਰੀ ਬੱਚੇ ਸਭ ਤੋਂ ਵੱਧ ਆ ਮੈਂ ਤਾਂ ਆਪਣੀ ਟੀਮ ਦੇ ਉਦਾਹਰਣ ਦੇਣਾ ਮੈਨੂੰ ਬਹੁਤਾ ਨਹੀਂ ਪਤਾ ਮੇਰੀ ਟੀਮ ਦੇ ਵਿੱਚ ਲੁਧਿਆਣੇ ਦੇ ਵਿੱਚ ਜੇ ਮੰਨ ਲਓ 100 ਬੱਚਾ ਸਿੱਖ ਪਰਿਵਾਰਾਂ ਦਾ ਤਾਂ 100 ਚੋਂ 70 ਪਤਿਤ ਹੈ ਤੇ 30 ਬੱਚਾ ਅੰਮ੍ਰਿਤਧਾਰੀ ਨਹੀਂ ਹੈ ਕੋਈ ਇੱਕ ਦੋ ਹੀ ਅੰਮ੍ਰਿਤਧਾਰੀ ਹੈ ਤੇ ਦਿੱਲੀ ਦੇ ਵਿੱਚ 50 ਬੱਚਾ ਤੇ 40 ਅੰਮ੍ਰਿਤਧਾਰੀ ਆ ਮੈਂ ਤਾਂ ਮੈਨੂੰ ਬਹੁਤਾ ਨਹੀਂ ਪਤਾ ਮੈਨੂੰ ਹੋ ਸਕਦਾ ਮੈਂ ਪੂਰਾ ਵੀ ਗਲਤ ਹੋਵਾਂ ਪਰ ਮੈਂ ਜੋ ਦੇਖਿਆ ਮੈਂ ਜੋ ਦੇਖਿਆ ਜਿੱਥੇ ਤੁਸੀਂ ਕੀਮਤ ਪੈਂਦੀ ਵੇਖੀ ਹੈ ਨਾ ਉਹ ਸਕੂਅਰ ਸਿਟੀ ਚ ਪੈਂਦੀ ਵੇਖੀ ਹੈ ਸਿੱਖ ਕੌਮ ਜਦ ਵੱਧੀ-ਵੱਧੀ ਸੀ ਤਰੱਕੀ ਤੇ ਹੋਈ ਸੀ ਉਹ ਕਿਦਾਂ ਸੀ ਜਿਵੇਂ ਮਸਤਾਨੇ ਚ ਆਪਾਂ ਗੱਲ ਕੀਤੀ ਨਾ ਕਿ ਉਸ ਤੇ ਜੰਗਲਾਂ ਚ ਰਹਿੰਦੇ ਹੋਏ ਵੀ ਸਭ ਤੋਂ ਕਮਾਲ ਦੇ ਸੀ ਕਿਉਂਕਿ ਸਕੂਅਰ ਸਿਟੀ ਸੀ ਉਦੋਂ ਪਤਾ ਸੀ ਕਿ ਇਹਦੀ ਵੈਲਿਊ ਕੀ ਹੈ ਉਦੋਂ ਪਤਾ ਸੀ ਕਿ ਜੇ ਆ ਬਾਣਾ ਨਾ ਰਹਾ ਜੇ ਆ ਸਰੂਪ ਨਾ ਰਹਾ ਤੇ ਅਸੀਂ ਖਤਮ ਆ ਅਸੀਂ ਅਬੰਡੈਂਸ ਦੇਤੀ ਗਲੀ-ਗਲੀ ਚ ਗੁਰਦੁਆਰੇ ਬਣਾ ਕੇ ਆਪਸੇ ਲੜਾਈਆਂ ਪਵਾਤੀਆਂ ਸੋ ਮੋੜ ਵਾਪਸ ਆਉਣ ਦੀ ਕੀ ਲੋੜ ਹੈ ਪਹਿਲੇ ਬਾਣੀ ਤੇ ਵਾਪਸ ਆਓ ਬਾਣਾ ਆਪੇ ਆ ਜਾਊਗਾ ਬਾਣਾ ਆਏਗਾ ਹੀ ਆਏਗਾ ਜੇ ਬਾਣੀ ਆਗੀ ਚੇਤਨਤਾ ਆਏਗੀ ਜਾਗਰੂਕਤਾ ਆਏਗੀ ਅੱਛਾ ਪਤਾ ਨਹੀਂ ਲੱਗਦਾ ਕਾਹਦਾ ਟ੍ਰਿਗਰ ਹੁੰਦਾ ਤੁਸੀਂ ਮੈਨੂੰ ਕਿਹਾ ਮੈਂ ਬਾਣੇ 'ਚ ਆ ਮੈਂ ਨਿੱਕਾ ਹੁੰਦਾ ਸੀ ਜਦ ਮੈਂ ਅੰਮ੍ਰਿਤ ਛਕਿਆ 3 ਸਾਲ ਦਾ ਸੀ ਹੂੰ ਮੁੱਲ ਕੇ ਮੈਂ ਜਦ ਦੇਖਿਆ ਕਿ ਯਾਰ ਇੰਨੀ ਵੀ ਪੋਲਿਟਿਕਸ ਐ ਸਿੱਖੀ 'ਚ ਇੰਨੀ ਪੋਲਿਟਿਕਸ ਐ ਮੈਂ ਦੂਰ ਹੋ ਗਿਆ ਮੈਂ 5-7 ਸਾਲ ਬਿਲਕੁਲ ਪਾਠ ਨਹੀਂ ਕੀਤਾ ਬਿਲਕੁਲ ਗੁਰਦੁਆਰੇ ਨਹੀਂ ਗਿਆ ਗਾਤਰਾ ਲਾਤਾ ਕਿਸਾਨ ਮੋਰਚੇ ਜਾ ਕੇ ਵੇਖਿਆ ਕਿ ਯਾਰ ਆ ਸਿੱਖੀ ਐ ਸਾਡੇ ਬਜ਼ੁਰਗਾਂ ਦੀ ਹੂੰ ਮੁੜ ਸਜਾ ਲਵਾਈ ਮੁੜ ਗਾਤਰਾ ਧਾਰਨ ਕੀਤਾ ਮੁੜਕ ਕਾਰ ਧਾਰਨ ਕੀਤਾ ਅੱਛਾ ਆ ਮੁੜ ਹੋਇਆ ਆ ਮੇਰੀ ਜ਼ਿੰਦਗੀ ਚ ਹੋਇਆ ਕਿਉਂਕਿ ਜਦ ਤੁਸੀਂ ਬਾਣੀ ਦੇ ਨੇੜੇ ਹੁੰਨੇ ਹੋ ਜਦ ਤੁਸੀਂ ਆਪਣੇ ਇਤਿਹਾਸ ਦੇ ਨੇੜੇ ਹੁੰਨੇ ਹੋ ਤੁਹਾਨੂੰ ਨਹੀਂ ਪਤਾ ਕਦ ਤੁਹਾਡੇ ਅੰਦਰ ਚੇਤਨਤਾ ਆਣੀ ਆ ਪਰ ਉਹਦੇ ਲਈ ਤੁਹਾਨੂੰ ਬਾਣੀ ਦੇ ਨੇੜੇ ਬੱਚੇ ਨੂੰ ਕਰਨਾ ਪਏਗਾ ਮੋਮਬਤੀ ਨਾਲ ਕਦੇ ਬਾਣੀ ਬਾਣਾ ਨਹੀਂ ਆਉਣਾ ਜਿੰਨੀਆਂ ਮਰਜ਼ੀ ਜਗਾਈ ਜਾਓ ਜਿੰਨੇ ਮਰਜੀ ਸੋਸ਼ਲ ਮੀਡੀਆ ਤੇ ਰੋਲੇ ਪਾ ਲੋ ਆ ਮੰਨਣਾ ਚਾਹੀਦਾ ਕਿ ਆ ਨਹੀਂ ਮਾਸ ਖਾਣਾ ਚਾਹੀਦਾ ਕਿ ਨਹੀਂ ਜਿੰਨੇ ਖਾਣਾ ਉਹਨੇ ਖਾਈ ਜਾਣਾ ਤੁਸੀਂ ਰੁਕਿਓ ਜਾਂ ਮੈਂ ਰੁਕਿਆ ਜਾਂ ਕਿਨੇ ਰੁਕਣਾ ਜਾਂ ਕਿਸੇ ਦੇ ਕਹਿਣ ਤੇ ਕਿਸੇ ਨੇ ਖਾਣਾ ਕਿਸੇ ਨੇ ਨਹੀਂ ਮੰਨਣਾ ਇਹ ਤਾਂ ਸੋਸ਼ਲ ਮੀਡੀਆ ਤੇ 뷰 ਲੈਣ ਦੀਆਂ ਗੱਲਾਂ ਐ ਪੋਲਰਾਈਜ਼ੇਸ਼ਨ ਐ ਹਰ ਬੰਦਾ ਤੁਸੀਂ ਹਣੀ ਸੇਠੀ ਤੇ ਉਹਦੇ ਤੇ ਤਵਾ ਲਾਤਾ ਸਾਰਿਆਂ ਤੇ ਸਾਰਿਆਂ ਦੇ ਸਾਰੇ ਆਪਣੇ ਟਾਰਗੇਟ ਆਡੀਅנס ਖੁਸ਼ ਕਰਨ ਲੱਗੇ ਆ ਹੋ ਵਿਕੀ ਥਾਮਸ ਆ ਕਹਿੰਦਾ ਮੈਂ ਮੱਛੀ ਖਾਣੀ ਮੱਛੀ ਦਾ ਹਲਾਲ ਹੈਗਾ ਜਾਂ ਝਟਕਾ ਸਾਰੇ ਆਪਣੀ ਆਪਣੀ ਆਡੀਅנס ਖੁਸ਼ ਕਰਨ ਲੱਗੇ ਆ ਹਰ ਬੰਦੇ ਦੀ ਇੱਕ ਟਾਰਗੇਟ ਆਡੀਅנס ਆ ਜਿਹੜੀ ਉਹਨੂੰ ਕਹਿੰਦੀ ਆ ਤੂੰ ਬਾਈ ਸਿਰਾ ਬਾਈ ਤੂੰ ਘੈਂਟ ਬਾਈ ਅਸੀਂ ਤੇਰੇ ਨਾਲ ਬਾਈ ਉਹਨੂੰ ਸ਼ਾਮ ਨੂੰ ਹਵਾ ਆ ਜਾਂਦੇ ਬਾਈ ਮੈਂ ਬਹੁਤ ਮੈਂ ਕੌਮ ਦਾ ਮੰਨਿਆ ਬੰਦਾ ਹੋ ਗਿਆ ਉਹ ਸਿਰਫ ਆਪਣੇ 50 60 ਹਜ਼ਾਰ ਲੱਖ 2 ਲੱਖ ਲੋਕਾਂ ਨੂੰ ਖੁਸ਼ ਕਰਨ ਅੱਛਾ ਉਹ ਜਿਹੜੇ ਨਾਲ ਹੈ ਮੈਂ ਉਹੀ ਗੱਲ ਕਹਿਣਾ ਜੇ ਸਾਡੀ ਕੌਮ ਜਿਹੜੀ ਆ ਸੋਸ਼ਲ ਮੀਡੀਆ ਤੇ ਪੰਥ ਬਣਿਆ ਫਿਰਦਾ ਜੇ ਆ ਸੱਚੀ ਪੰਥ ਹੁੰਦਾ ਤੇ ਜਦ ਸਾਡੇ ਮੁੰਡੇ ਜਾ ਕੇ ਜਿਬਰੂਗੜ ਸੁੱਟੇ ਆ ਸੜਕਾਂ ਤੇ ਹੁੰਦੇ ਹ ਨਹੀਂ ਸੀਗਾ ਇਹਨਾਂ ਚੋਂ ਕੋਈ ਇਹੋ ਹੀ ਪੰਪ ਚਕਾਣ ਵਾਲੇ ਸੀ ਇਹੋ ਹੀ ਸਭ ਤੋਂ ਵੱਧ ਖਲੇਰਾ ਪਾਉਣ ਵਾਲੇ ਸੀ ਤੇ ਮੁੜ ਕੇ ਜਦ ਸਾਡੇ ਮੁੰਡੇ ਜਾ ਕੇ ਸੁੱਟੇ ਆ ਜੇਲਾਂ ਦੇ ਵਿੱਚ ਕੋਈ ਆਇਆ ਸੜਕਾਂ ਤੇ ਇਹਨਾਂ ਚੋਂ ਕਿੰਨੇ ਕੁ ਧਰਨੇ ਲੱਗ ਰਿਹਾ ਅੱਜ 2-3 ਮਹੀਨੇ 3 ਮਹੀਨੇ ਹੋ ਚੱਲੇ ਆ ਮੈਂ ਅੱਛਾ ਬਾਰ-ਬਾਰ ਅਸੀਂ ਸੋਸ਼ਲ ਮੀਡੀਆ ਤੇ ਗੱਲ ਬੋਲਦੇ ਆ ਕੌਮ ਦਾ ਕੋਈ ਮੁੰਡਾ ਨਹੀਂ ਫੜਿਆ ਜਾਣਾ ਚਾਹੀਦਾ ਕੌਮ ਦਾ ਕੋਈ ਮੁੰਡਾ ਜੇਲ੍ਹ 'ਚ ਨਹੀਂ ਆਉਣਾ ਚਾਹੀਦਾ ਪਰ ਫਿਰ ਅਸੀਂ ਸੋਸ਼ਲ ਮੀਡੀਆ ਤੇ ਪੰਪ ਚ ਕਾਣ ਲੱਗੇ ਆ ਮਿੰਟ ਨਹੀਂ ਲਾਉਂਦੇ ਭਾਈ ਇਹਨੂੰ ਦੇਖ ਲਾਂਗੇ ਇਹ ਕਰਦਾਂਗੇ ਇਹ ਕਾਮਰੇਡ ਐ ਇਹ ਨਾਏ ਉਦਾਂ ਐ ਨਾਸਤਕ ਐ ਉਹ ਲੈਣਾ ਕੀ ਐ ਯਾਰ ਤੁਸੀਂ ਤੁਸੀਂ ਆਪਣਾ ਕੰਮ ਆਪਣੇ ਗੁਰੂ ਨਾਲ ਜੁੜੋ ਸਿੱਖੀ ਇੱਕ ਪਰਸਨਲ ਅਹਿਸਾਸ ਹੋਣਾ ਚਾਹੀਦਾ ਸਭ ਤੋਂ ਪਹਿਲੇ ਮੇਰਾ ਮੇਰੇ ਗੁਰੂ ਨਾਲ ਰਿਸ਼ਤਾ ਫਿਰ ਮੇਰਾ ਮੇਰੇ ਪੰਥ ਨਾਲ ਰਿਸ਼ਤਾ ਐ ਫਿਰ ਮੇਰਾ ਦੁਨੀਆ ਨਾਲ ਰਿਸ਼ਤਾ ਹੈ ਪਰ ਸਭ ਤੋਂ ਪਹਿਲੇ ਗੁਰੂ ਨਾਲ ਹੈ ਪਹਿਲਾ ਸਟੈਪ ਮੇਰਾ ਮੇਰੇ ਗੁਰੂ ਨਾਲ ਹੋਊਗਾ ਫਿਰ ਦੂਜਾ ਗੁਰੂ ਮੈਨੂੰ ਲਾਊਗਾ ਕੌਮ ਦੇ ਕੰਮ ਫਿਰ ਕੌਮ ਮੈਨੂੰ ਲਾਊਗੀ ਦੁਨੀਆ ਦੇ ਕੰਮ ਅਸੀਂ ਕਹਿੰਦੇ ਆ ਨਹੀਂ ਪਹਿਲਾਂ ਮੈਂ ਸੋਸ਼ਲ ਮੀਡੀਆ ਤੇ ਜਾ ਕੇ ਦੁਨੀਆ ਨੂੰ ਗਿਆਨ ਦੇਣਾ ਗੁਰੂ ਨਾਲ ਫਿਰ ਨਿਭੜਾਂਗੇ ਗੁਰੂ ਨਾਲ ਬਾਅਦ ਚ ਕਰਾਂਗੇ ਆ ਪਹਿਲਾ ਸਟੈਪ ਤਾਂ ਕਰ ਲਓ ਯਾਰ ਪਹਿਲਾਂ ਇਸ ਕੈਂਪਾਂ ਤੇ ਲੈ ਜਾਓ ਜਵਾਕਾਂ ਨੂੰ ਭੈਣ ਭਰਾਵਾਂ ਨੂੰ ਉਂਗਲਾਂ ਫੜ ਕੇ ਕੈਂਪਾਂ ਤੇ ਤਾਂ ਲੈ ਕੇ ਜਾਓ ਯਾਰ ਗੁਰਬਾਣੀ ਨਾਲ ਇੱਕ ਬੱਚਾ ਇੱਕ ਬੱਚਾ ਜੇ ਤੁਸੀਂ ਸਿੱਖ ਬਣਾਤਾ ਨਾ ਇੱਕ ਬੱਚਾ ਜੇ ਤੁਸੀਂ ਕੌਮ ਵੱਲ ਲੈ ਆਏ ਜਿੰਨੀ ਖੁਸ਼ੀ ਉਹ ਚੀਜ਼ ਦਊਗੀ ਨਾ ਜਿੰਨੇ ਮਰਜੀ ਸੋਸ਼ਲ ਮੀਡੀਆ ਤੇ ਰੌਲੇ ਪਾ ਲੋ ਤੁਹਾਡਾ 1 ਮਿਲੀਅਨ ਫਾਲੋਅਰ ਹੋ ਜੇ ਉਨੀ ਖੁਸ਼ੀ ਨਹੀਂ ਮਿਲੂਗੀ ਜਿੰਨੇ ਇੱਕ ਬੱਚੇ ਨੂੰ ਜੋੜ ਕੇ ਬਹੁਤ ਧੰਨਵਾਦ ਗੌਰਵ ਤੁਸੀਂ ਸਮਾਂ ਦਿੱਤਾ ਔਰ ਬਹੁਤ ਖੁੱਲ ਕੇ ਬਹੁਤ ਘੱਟ ਲੋਕ ਨੇ ਗੱਲ ਜਿਹੜਾ ਰੱਖ ਸਕਦੇ ਇਸ ਬਿਬਾਕੀ ਨਾਲ ਸ਼ੁਕਰੀਆ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪੇਸ਼ਕਸ਼ ਚ ਨਾ ਇਜਾਜ਼ਤ ਦਿਓ ਤਨ